देशवा पर मोहे है, शुभ कर्मन्ते कभो न डरू, न डरू और सोच अब जाए लड़ू, निश्चय कर अपनी जीत करूं। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਸੰਗਤ ਟੈਲੀਵਿਜ਼ਨ ਦਾ ਖਾਸ ਪ੍ਰੋਗਰਾਮ ਖਾਲਸਾ ਰਾਜ ਕਿਵੇਂ ਬਣਿਆ। ਹੁਣ ਤੱਕ ਇਸ ਪ੍ਰੋਗਰਾਮ ਦੇ 426 ਭਾਗ ਅਸੀਂ ਆਪ ਜੀ ਦੀ ਸੇਵਾ ਵਿੱਚ ਪੇਸ਼ ਕਰ ਚੁੱਕੇ ਅਤੇ 427 ਨੰਬਰ ਲੈ ਕੇ ਅੱਜ ਅਸੀਂ ਆਪ ਜੀ ਦੀ ਸੇਵਾ ਵਿੱਚ ਫਿਰ ਹਾਜ਼ਰ ਹੋਏ ਹਾਂ। ਸਾਰੀਆਂ ਹੀ ਸੰਸਾਰ ਭਰ ਦੀਆਂ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਜਿੱਥੇ ਜਿੱਥੇ ਵੀ ਬੈਠੇ ਤੁਸੀਂ, ਜਿਹੜੇ ਵੀ ਮੁਲਕ ਵਿੱਚ ਬੈਠੇ, ਸੰਸਾਰ ਦੇ ਕਿਸੇ ਵੀ ਕੋਨੇ ਵਿੱਚ ਬੈਠੇ ਇਸ ਪ੍ਰੋਗਰਾਮ ਦਾ ਲਾਹਾ ਲੈਂਦੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਕਿਉਂਕਿ ਇਹ ਪ੍ਰੋਗਰਾਮ ਤੁਸੀਂ ਦੇਖਦੇ ਹੋ, ਆਨੰਦ ਮਾਣਦੇ ਹੋ, ਤਾਂ ਹੀ ਇਸ ਪ੍ਰੋਗਰਾਮ ਨੂੰ ਅਸੀਂ ਅਗਾਂਹ ਜਿਹੜਾ ਹੈ ਉਹ ਲੈ ਕੇ ਜਾ ਸਕਦੇ ਹਾਂ, ਤਾਂ ਹੀ ਇਹ ਪ੍ਰੋਗਰਾਮ ਕਰ ਸਕਦੇ ਹਾਂ। ਖਾਸ ਕਰਕੇ ਧੰਨਵਾਦ ਸਤਿਕਾਰਯੋਗ ਵੀਰ ਜੀ ਰਣਜੀਤ ਸਿੰਘ ਰਾਣਾ ਜੀ ਦਾ, ਜਿਹੜੇ ਕਿ ਸਾਰੇ ਹੀ ਸਵਾਲਾਂ ਦੇ ਜਵਾਬ ਗੁਰ ਇਤਿਹਾਸ, ਗੁਰਬਾਣੀ ਅਤੇ ਗੁਰ ਫਲਸਫੇ ਦੇ ਆਧਾਰ 'ਤੇ ਦਿੰਦੇ ਹਨ, ਅਤੇ ਬਹੁਤ ਹੀ ਖੂਬਸੂਰਤੀ ਅੰਦਾਜ਼ ਦੇ ਨਾਲ ਕਹਿ ਸਕਦੇ ਹਾਂ, ਇੱਕ ਬਹੁਤ ਹੀ ਸਰਲ ਅਤੇ ਸਪਸ਼ਟ ਤਰੀਕੇ ਦੇ ਨਾਲ ਵੀਰ ਜੀ ਦੀ ਕੋਸ਼ਿਸ਼ ਹੁੰਦੀ ਹੈ ਕਿ ਪ੍ਰੋਗਰਾਮ ਨੂੰ ਆਪ ਸੰਗਤਾਂ ਦੇ ਸਾਹਮਣੇ ਪੇਸ਼ ਕੀਤਾ ਜਾਵੇ। ਵੀਰ ਜੀ ਨੂੰ ਜੀ ਆਖਦੇ ਹਾਂ ਅਤੇ ਗੁਰੂ ਫਤਿਹ ਸਾਂਝੀ ਕਰਦੇ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਐਪੀਸੋਡ ਵਿੱਚ ਵੀਰ ਜੀ ਤੁਸੀਂ ਦੱਸਿਆ ਕਿ ਜਦੋਂ ਮੁਗਲ ਜਿਹੜੇ ਸੀ ਉਹ ਅਨੰਦਪੁਰ ਤੋਂ ਪਛਾਣ ਨੂੰ ਜਾ ਰਹੇ ਸੀ, ਜਿਸ ਤਰ੍ਹਾਂ ਉਹ ਹਮਲਾਵਰ ਹੋਣ ਨੂੰ ਆਏ ਸੀ, ਪਰ ਉਹਨਾਂ ਦੇ ਜਿਸ ਤਰ੍ਹਾਂ ਹਾਲਾਤ ਵੇਖ ਕੇ ਸਤਿਗੁਰੂ ਜੀ ਨੇ ਉਹਨਾਂ ਨੂੰ ਜਿੱਦਾਂ ਆਪਣੇ ਕਹਿ ਦੀਏ ਕਰਤੱਵ ਦਿਖਾਏ, ਆਪਣਾ ਜ਼ੋਰ ਦਿਖਾਇਆ, ਅਤੇ ਉਹ ਪਛਾਣ ਨੂੰ ਜਾ ਰਹੇ ਸੀ। ਮੁਗਲ ਅਤੇ ਪਹਾੜੀ ਫੌਜਾਂ ਜਿਹੜੀਆਂ ਉਸ ਸਮੇਂ ਅਨੰਦਪੁਰ ਸਾਹਿਬ ਦੇ ਜਿਹੜੇ ਜਿੱਦਾਂ ਉਹਨਾਂ ਨੇ ਘੇਰਾ ਪਾ ਲਿਆ, ਜਿੱਦਾਂ ਨਾਕਾਬੰਦੀ ਦੀ ਉਹਨਾਂ ਨੇ ਵਿਉਂਤ ਬਦਲ ਦਿੱਤੀ ਕਿ ਖਾਲਸਾਈ ਫੌਜਾਂ ਜਿਹੜੀਆਂ ਸੀ ਉਹਨਾਂ ਨੂੰ ਭੁੱਖ ਅਤੇ ਦੁੱਖ ਦਾ ਸਾਹਮਣਾ ਕਰਨਾ ਪਵੇ, ਉਹਨਾਂ ਨੇ ਇਸ ਤਰ੍ਹਾਂ ਦੇ ਹਾਲਾਤ ਉਹਨਾਂ ਨੇ ਬਣਾ ਲਏ। ਐਨ ਉਸ ਸਮੇਂ ਇੱਕ ਘਟਨਾ ਘਟੀ ਜਿਹੜਾ ਪਰਉਪਕਾਰ ਦੀ ਭਾਵਨਾ ਜਿਹੜੀ ਸਾਡੇ ਸਾਹਮਣੇ ਆਉਂਦੀ ਹੈ। ਭਾਈ ਘਨੱਈਆ ਜੀ ਜ਼ਖਮੀ ਹੋਏ, ਜਿਹੜੇ ਮੁਗਲ ਛਪਾਈ ਸੀ ਉਹਨਾਂ ਨੂੰ ਜਲ ਛਕਾ ਰਹੇ ਸੀ ਅਤੇ ਮਲਮ ਪੱਟੀ ਵੀ ਕਰ ਰਹੇ ਸੀ। ਭਾਈ ਘਨੱਈਆ ਜੀ ਦੇ ਇਸ ਵਰਤਾਰੇ ਦਾ ਕੀ ਪਿਛੋਕੜ ਸੀ ਅਤੇ ਸਤਿਗੁਰੂ ਜੀ ਨੇ ਇਸ ਤਰ੍ਹਾਂ ਕਿਉਂ ਹੋਣ ਦਿੱਤਾ, ਇਹਦੇ ਬਾਰੇ ਸੰਗਤਾਂ ਦੇ ਨਾਲ ਜ਼ਰੂਰ ਤੁਸੀਂ ਅੱਜ ਦੇ ਐਪੀਸੋਡ ਵਿੱਚ ਸਾਂਝ ਪਾਓ। ਕਿਉਂਕਿ ਇੱਕ ਪਾਸੇ ਤਾਂ ਅਸੀਂ ਲੜ ਰਹੇ ਹਾਂ, ਉਹਨਾਂ ਨੂੰ ਮਾਰ ਰਹੇ ਹਾਂ, ਉਹਨਾਂ ਨੂੰ ਖਤਮ ਕਰ ਰਹੇ ਹਾਂ, ਪਰ ਸਾਡੇ ਵਿੱਚੋਂ ਇੱਕ ਸਿੱਖ ਗੁਰੂ ਸਿੱਖ ਭਾਈ ਜਿਹੜਾ ਹੈ ਇਸ ਤਰ੍ਹਾਂ ਸਾਰਿਆਂ ਦੀ ਸੇਵਾ ਕਰ ਰਿਹਾ, ਇਹਦੇ ਪਿੱਛੇ ਕੀ ਗੱਲ ਹੈ, ਕੀ ਸਤਿਗੁਰੂ ਜੀ ਦੀ ਸਮਝਾਉਣੀ ਸੀ, ਤੁਸੀਂ ਕੋਸ਼ਿਸ਼ ਕਰੋ ਕਿ ਅੱਜ ਦੇ ਐਪੀਸੋਡ ਵਿੱਚ ਅਸੀਂ ਇਹਦੀ ਸਾਂਝ ਪਾ ਸਕੀਏ। ਭਾਅ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਜੰਗ ਇੱਕ ਤਰ੍ਹਾਂ ਦੀ ਸਿਖਰ 'ਤੇ ਪੁੱਜ ਗਈ ਸੀ ਜਿਹਦੇ ਬਾਰੇ ਕਵੀ ਜੀ ਨੇ ਜ਼ਿਕਰ ਕੀਤਾ, ਆਪਾਂ ਪਿੱਛੇ ਵੀ ਜ਼ਿਕਰ ਕੀਤਾ ਸੀ ਕਿ ਇੱਦਾਂ ਗੋਲੇ ਛੱਡੇ ਗਿਆ ਸੀ, ਵੇਗ ਅਤੇ ਜਾਤ ਕਰੇ ਉਤਪਾਤ, ਲੱਗੇ ਭਟਗਾਤ ਨਾ ਜੀਵਤ ਛੋੜੇ ਜੀ। ਸਿਖਰ 'ਤੇ ਪੁੱਜੀ ਹੋਈ ਜੰਗ ਹੈ, ਦੋਨੇ ਪਾਸਿਓਂ ਫੌਜਾਂ ਦੀ ਕੱਟਾਵੱਟੀ ਹੋ ਰਹੀ ਹੈ। ਹਾਂਜੀ, ਜੇ ਇੱਦਾਂ ਮੈਂ ਕਹਾਂ ਕਿ ਕੱਟਾ ਵੱਡੀ ਤਾਂ ਮੁਗਲਾਂ ਦੀ ਹੋ ਰਹੀ ਹੈ, ਨਹੀਂ ਨਹੀਂ ਹਾਂਜੀ 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 ਇੱਦਾਂ ਕਰੋ, ਸਿੰਘ ਕਿਲਿਆਂ 'ਚ ਹੋਣ ਕਰਕੇ ਬਚਾਇਆ ਜੀ, ਅਤੇ ਗੁਰੀਲਾ ਜੰਗ ਲੜ ਰਿਹਾ ਇਸ ਕਰਕੇ ਬਚਾਇਆ, ਹਥਿਆਰ ਬੜੇ ਵਧੀਆ ਤਿਆਰ ਕੀਤੇ ਹੋਏ ਇਸ ਕਰਕੇ ਬਚਾਇਆ, ਪਰ ਫੌਜਾਂ ਜਿੰਨੀਆਂ ਮਰਜ਼ੀ ਮੁਗਲ ਫੌਜਾਂ ਕੱਟ ਹੋਈ ਜਾਣ, ਉਹਨਾਂ ਦੀ ਗਿਣਤੀ ਇੰਨੀ ਜ਼ਿਆਦਾ ਆ ਕਿ ਘੇਰਾ ਉਹਨਾਂ ਦਾ ਕਾਇਮ ਆ, ਘੇਰਾ ਪਛਾਣ ਜ਼ਰੂਰ ਹੋ ਗਿਆ। ਇੱਕ ਜੋ ਤੁਸੀਂ ਭਾਈ ਘਨੱਈਆ ਜੀ ਦੀ ਗੱਲ ਕੀਤੀ ਆ ਨਾ, ਹਾਂਜੀ, ਕੀ ਕਾਰਨ ਆ ਕਿ ਇੱਕ ਬੰਨੇ ਤਾਂ ਮੁਗਲਾਂ ਨੂੰ ਹਮਲਾਵਰ ਹੋ ਕੇ ਇਹਨੂੰ ਮਾਰਿਆ ਜਾ ਰਿਹਾ, ਅਤੇ ਦੂਜੇ ਬੜੇ ਜਿਹੜੇ ਜ਼ਖਮੀ ਹੋ ਜਾਂਦੇ ਉਹਨਾਂ ਦੀ ਮਲਮ ਪੱਟੀ ਵੀ ਕੀਤੀ ਜਾ ਰਹੀ ਹੈ, ਪਾਣੀ ਵੀ ਪਾਇਆ ਜਾ ਰਿਹਾ, ਭਾਈ ਘਨੱਈਆ ਦਾ ਇਤਿਹਾਸ ਪੈਂਦੇ ਕਹਿੰਦੇ ਹਾਂ ਜੀ। ਇੱਕ ਇਹ ਵੀ ਦੋਨੇ ਗੱਲਾਂ ਇੱਕ ਦੂਜੇ ਵਿਰੋਧ 'ਚ ਕਿਉਂ, ਹਾਂਜੀ, ਇੱਕ ਹੋਰ ਵੀ ਸਵਾਲ ਕਰਦੇ ਕਿੰਤੂ ਵਾਲੇ ਜਿਹੜੇ ਇਕੱਲੇ ਤਰਕ 'ਤੇ ਜੀਣ ਵਾਲੇ ਆ ਜੀ, ਉਹ ਕਹਿੰਦੇ ਜੰਗ ਚੱਲ ਰਹੀ ਆ, ਮੁਗਲ ਫੌਜਾਂ ਇੱਧਰੋਂ ਮਾਰਨ ਨਹੀਂ ਚੱਲ ਰਹੀਆਂ, ਸਿੰਘ ਉੱਧਰੋਂ ਹੋ ਗਏ ਆ, ਇਕੱਲੀ ਇਕੱਲੀ ਸਿੱਖ ਦੀ ਜਾਨ ਦੇ ਵੈਰੀ ਬਣੇ ਹੋਏ ਉਹ, ਅਤੇ ਉਹੋ ਜਿਹੀ ਹਾਲਾਤ ਭਾਈ ਘਨੱਈਆ ਉਹਨਾਂ 'ਚ ਵਿਚਰ ਕਿੱਦਾਂ ਸਕਦਾ ਜੀ, ਵੀ ਫੌਜਾਂ ਜਾ ਕੇ ਉਹਨਾਂ ਦੇ ਜ਼ਖਮੇ ਜਾ ਕੇ ਉਹਨਾਂ ਦੀ ਮਲਮ ਪੱਟੀ ਕਰਦਾ ਹੋਊ, ਪਾਣੀ ਪਿਲਾਉਂਦਾ ਹੋਊ, ਤਾਂ ਹੀ ਅਤੇ ਭਾਈ ਘਨੱਈਆ ਕਿੱਦਾਂ ਮੱਛੀ ਅੱਗੇ ਤੁਸੀਂ ਤੁਰਿਆ ਫਿਰਦਾ ਆ, ਸਿੱਖਿਆ ਹਾਲਾਤ ਦੇ ਯੁੱਧ, ਹਾਲਾਤ ਯੁੱਧ ਆ ਜੀ, ਵੀ ਹੋ ਨਹੀਂ ਸਕਦਾ ਹੈਗਾ, ਤੜਕ ਵਾਲੇ ਇਹ ਵੀ ਗੱਲ ਕਰਦੇ ਆ। ਹਾਂਜੀ, ਪਰ ਜਿਹੜਾ ਜੰਗ ਦਾ ਹੁਣ ਤੁਸੀਂ ਰੰਗ ਦੇਖਿਆ ਨਾ, ਉਹਦੇ ਨਾਲ ਜੋੜ ਕੇ ਜਦੋਂ ਭਾਈ ਘਨੱਈਆ ਦੀ ਗੱਲ ਦੇਖਿਓ, ਮੈਂ ਇਸ ਕਰਕੇ ਇੱਥੇ ਤੁਸੀਂ ਸਵਾਲ ਕੀਤਾ, ਵਧੀਆ ਗੱਲ ਹੋ ਗਈ, ਔਰ ਇਸ ਜੰਗ ਦੇ ਵਿੱਚ ਜਦੋਂ ਜੰਗ ਦੇ ਹਾਲਾਤ ਇਹੋ ਜਿਹੇ ਬਣ ਗਏ ਭਾਈ ਘਨੱਈਆ, ਉਦੋਂ ਉਹਨਾਂ ਨੇ ਜਲ ਵੀ ਛਕਾਇਆ, ਉਦੋਂ ਉਹਨਾਂ ਨੇ ਮਲਮ ਪੱਟੀ ਵੀ ਕੀਤੀ। ਜੰਗ ਦੇ ਹਾਲਾਤ ਹੁਣ ਕੀ ਹੋਏ ਆ ਕਿ ਤੋਪਾਂ ਦੇ ਗੋਲਿਆਂ ਨੇ ਇੰਨੀ ਮਾਰ ਮਾਰ ਦਿੱਤੀ ਆ, ਪਹਿਲਾਂ ਸਿੰਘਾਂ ਨੇ ਕੱਟਾ ਵੱਡੀ ਕਰ ਦਿੱਤੀ ਆ, ਕਿਸੇ ਦੀ ਬਾਂਹ ਵੱਢਦੀ ਸੀ, ਕਿਸੇ ਦੀ ਲੱਤ ਵੱਢਦੀ, ਅਸਲਾ ਚੱਕ ਲਿਆਂਦਾ ਉਹਨਾਂ ਦਾ, ਭਾਈ ਸ਼ੇਰ ਸਿੰਘ ਅਤੇ ਨਾਰ ਸਿੰਘ ਨੇ ਆਪਾਂ ਪਹਿਲੀ ਜੰਗ 'ਚ ਦੇਖਿਆ, ਇਰਾਦ ਦੇ ਸਮੇਂ 'ਚ
ਉਧਰੋਂ ਦਿਨ ਚੜਿਆ ਤੇ ਪੂਰੀ ਦਿਨ ਤੋਪਾਂ ਦੇ ਗੋਲੇ ਸਤਿਗੁਰੂ ਨੇ ਦਿਨ ਵੇਲੇ ਚਲਾਇਆ ਤੇ ਜਦੋਂ ਸਾਂਝ ਪਈ ਆ ਜਦੋਂ ਉਹਨਾਂ ਨੇ ਕਿਹਾ ਸ਼ਾਮ ਦੇ ਵੇਲੇ ਨਾ ਹੁਣ ਉਹਨਾਂ ਕਹਾ ਵੀ ਸ਼ਾਇਦ ਸੂਰੀ ਡੁੱਬਣ ਲੱਗਾ ਤੇ ਅਸੀਂ ਜਾ ਕੇ ਆਪਣੇ ਜਿਹੜੇ ਡਿੱਗੇ ਪਏ ਝੰਡੇ ਉਹ ਚੱਕ ਲਿਆਈਏ ਡਿੱਗੇ ਪਏ ਤੰਬੂ ਚੱਕ ਲਿਆਈਏ ਆਪਣੇ ਜਿਹੜੇ ਜ਼ਖਮੀ ਉਹਨਾਂ ਨੂੰ ਚੱਕ ਲਈਏ ਸਤਿਗੁਰੂ ਨੇ ਸਾਂਝ ਪਈ ਤੇ ਵੀ ਤੋਪਾਂ ਦੇ ਗੋਲੇ ਕਵੀ ਜੀ ਨੇ ਜ਼ਿਕਰ ਕੀਤਾ ਮੈਂ ਤਦੇ ਉੱਥੇ ਰੁਕੇ ਗੱਲ ਸੀ ਸਾਂਝ ਪਈ ਲੱਗ ਛੂਟਤ ਦੋਨੋਂ ਬਾਗਣ ਸੋ ਬਿਜਗੋਕਣ ਘੋਰੇ ਬਾਗਣ ਤੇ ਬਜਗੋਕਣ ਤੋਂ ਪਾ ਸਾਂਝ ਪਈ ਸ਼ਾਮ ਦੇ ਵੇਲੇ ਵੀ ਚੱਲੀਆਂ ਕਲੀਆਂ ਦਿਨ ਵੇਲੇ ਨਹੀਂ ਚੱਲੀਆਂ ਸ਼ਾਮ ਦੇ ਵੇਲੇ ਵੀ ਚੱਲੀਆਂ ਜਦੋਂ ਉਹਨਾਂ ਨੇ ਦੇਖਿਆ ਵੀ ਹੁਣ ਰਾਤ ਪਈ ਆ ਰਾਤ ਦੇ ਵੇਲੇ ਮੋਰੀ ਰਾਤ ਪੈਣ ਵਾਲੀ ਆ ਤੇ ਉਹਨਾਂ ਕੋਲ ਕੋਈ ਹੋਰ ਸਾਧਨ ਨਹੀਂ ਹੈਗਾ ਤੋਪਾਂ ਦੀ ਮਾਰ ਤੋਂ ਬਚਣ ਦਾ ਉਹ ਪਿੱਛੇ ਹਟਦਾ ਹੈ ਉਦੋਂ ਤੋਪ ਦੇ ਗੋਲੇ ਚੱਲੇ ਆ ਤੇ ਚੱਲੇ ਵੀ ਕਿੱਦਾਂ ਆ ਕਵੀ ਜੀ ਕਹਿੰਦੇ ਵੇਖ ਤੇ ਯਾਦ ਕਰੇ ਉਤਪਾਤ ਲੱਗੇ ਭਟਗਾਤ ਨਾ ਜੀਵਤ ਛੋੜੇ ਵੀ ਜਿਹਦੇ ਗੋਲਾ ਵੱਜ ਜਾਂਦਾ ਉਹਦੇ ਤਨ ਦੇ ਪਰਖੱਚੇ ਉੱਡ ਜਾਂਦੇ ਆ ਆਲੇ ਦੁਆਲੇ ਦੀ ਵੀ ਉੱਡ ਜਾਂਦੇ ਆ ਵਾਵ ਜਿੱਥੇ ਗੋਲਾ ਡਿੱਗਦਾ ਉੱਥੋਂ ਇੱਕ ਵਾਵ ਰੋਲੇ ਲੱਗਾ ਰਾਤ ਹੋ ਜਾਂਦੀ ਧਰਤੀ ਤੋਂ ਮਿੱਟੀ ਉੱਡਦੀ ਅਸਮਾਨ ਵੱਲ ਨੂੰ ਚੱਲ ਜਾਂਦੀ ਕੁਛ ਦਿਸਦਾ ਹੀ ਨਹੀਂ ਅਤੇ ਇਸ ਕਰਕੇ ਉਹਨਾਂ ਦੇ ਪਿੱਛੇ ਚੱਲ ਗਿਆ ਉਹਨਾਂ ਨੇ ਆਪਣੇ ਜ਼ਖਮੀ ਨਹੀਂ ਸਾਂਭੇ ਉਹਨਾਂ ਨੇ ਆਪਣੀਆਂ ਲੁੱਥਾਂ ਨਹੀਂ ਸਾਂਭੀਆਂ ਉਹਨਾਂ ਨੇ ਆਪਣੇ ਘੋੜੇ ਨਹੀਂ ਸਾਂਭੇ ਉਹਨਾਂ ਨੇ ਆਪਣਾ ਅਸਲਾ ਨਹੀਂ ਸਾਂਭਿਆ ਉਹਨਾਂ ਨੇ ਆਪਣਾ ਅਨਾਜ ਨਹੀਂ ਸਾਂਭਿਆ ਦੇਖਣ ਜਿਹੜਾ ਸਿੰਘ ਲੁੱਟ ਕੇ ਲਿਆ ਬਾਕੀ ਉੱਥੇ ਪਿਆ ਰਿਹਾ ਸੋ ਉਹਨਾਂ ਦੀ ਕੋਈ ਹਿੰਮਤ ਨਹੀਂ ਹੈਗੀ ਉਹ ਆਪਣੀਆਂ ਜਾਨਾਂ ਬਚਾਉਣ ਲਈ ਕੋਈ ਪਹਾੜੀ ਦੇ ਪਿੱਛੇ ਜਾ ਕੇ ਲੋਕ ਗਿਆ ਕੋਈ ਦਰਖਤ ਦੇ ਪਿੱਛੇ ਜਾ ਕੇ ਲੋਕ ਗਿਆ ਧਰਤੀ ਲੜ ਗਿਆ ਤੇ ਉੱਥੋਂ ਹੀ ਸੂਬੇਦਾਰ ਵੀ ਪਿੱਛੇ ਹਟੇ ਜੇ ਸੂਬੇਦਾਰ ਤੇ ਜਰਨੈਲ ਪਿੱਛੇ ਹਟ ਗਿਆ ਤੇ ਸਿਪਾਹੀ ਕਿਉਂ ਲੜਨਗੇ ਇਹ ਗੱਲ ਹਾਂਜੀ ਇਹ ਲੋਹਗੜ੍ਹ ਤੋਂ ਵੀ ਘੇਰਾ ਚੱਕ ਕੇ ਜਿੰਨਾ ਬਾਕੀ ਕਿਲ੍ਹਿਆਂ ਤੋਂ ਪਿੱਛੇ ਸੀ ਓਨਾ ਹੀ ਪਿੱਛੇ ਚਲੇ ਗਏ ਹੁਣ ਮੈਦਾਨਾ ਜੰਗ ਦਾ ਮੈਦਾਨ ਖਾਲੀ ਹੋ ਗਿਆ ਜੀ ਉਹ ਜੰਗ ਦੇ ਖਾਲੀ ਮੈਦਾਨ ਦੇ ਵਿੱਚ ਮਰੇ ਕੌਣ ਆ ਮੁਗਲ ਸਿਪਾਹੀ ਮਰੇ ਕੌਣ ਆ ਪਹਾੜੀਏ ਉਹੀ ਮਰੇ ਆ ਨਾ ਸਿੰਘਾਂ ਦਾ ਹਮਲਾ ਕੀਤਾ ਸਿੰਘ 12 ਮਿੰਟਾਂ ਬਾਅਦ ਸਹੀ ਸਲਾਮਤ ਸਾਰੇ ਹੀ ਇੱਕ ਦਾ ਵੀ ਨੁਕਸਾਨ ਨਹੀਂ ਹੋਇਆ ਕਵੀ ਜੀ ਨੇ ਜ਼ਿਕਰ ਵੀ ਕੀਤਾ ਸਾਡੇ ਇਤਿਹਾਸ ਨੇ ਵੀ ਜ਼ਿਕਰ ਕੀਤਾ ਇੱਕ ਦਾ ਵੀ ਨੁਕਸਾਨ ਨਹੀਂ ਹੋਇਆ ਕਿਸੇ ਜ਼ਖਮ ਪੀੜਿਆ ਦੇ ਕਿਲ੍ਹੇ 'ਚ ਆ ਕੇ ਬੈਠ ਗਏ ਸਗੋਂ ਉਹਨਾਂ ਨੇ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਕੀਤੀਆਂ ਜਕਾਰੇ ਛੱਡੇ ਸਤਿਗੁਰਾਂ ਦੀ ਵਰਤ ਲਈ ਆ ਗਿਆ ਆਪ ਕੁਮਕ ਲੈ ਕੇ ਤੋਪਾਂ ਦੇ ਗੋਲੇ ਚੱਲੇ ਉਹਨਾਂ ਦਾ ਫਿਰ ਉਹਨਾਂ ਦਾ ਨੁਕਸਾਨ ਹੋਇਆ ਜਿਹਨੇ ਉਹਨੂੰ ਸੰਭਾਲਣਾ ਸੀ ਉਹਨਾਂ ਦਾ ਵੀ ਨੁਕਸਾਨ ਹੋਇਆ ਸੂਬੇਦਾਰਾਂ ਦਾ ਨੁਕਸਾਨ ਹੋਇਆ ਜਰਨਲਾਂ ਦਾ ਨੁਕਸਾਨ ਹੋਇਆ ਭੱਜੇ ਉਹ ਸਾਰੇ ਪਛਾਣੂ ਹੁਣ ਮੈਦਾਨੇ ਦੇ ਖਾਲੀ ਹੋ ਗਿਆ ਜ਼ਖਮੀ ਦੀ ਸੰਭਾਲ ਕਰਨ ਵਾਲਾ ਕੋਈ ਮੁਗਲ ਨਹੀਂ ਕਿਸੇ ਦੀ ਹਿੰਮਤ ਨਹੀਂ ਆ ਕੇ ਜ਼ਖਮੀ ਦੀ ਸੰਭਾਲ ਕਰੇ ਕੋਈ ਲੋਥਾਂ ਦੀ ਸੰਭਾਲ ਕਰਨ ਵਾਲਾ ਕੋਈ ਨਹੀਂ ਅਤੇ ਫਿਰ ਪਰਉਪਕਾਰ ਦੇ ਤਹਿਤ ਭਾਈ ਘਨੱਈਆ ਜੀ ਕਿਉਂਕਿ ਹੁਣ ਜਿੱਦਾਂ ਬਾਕੀ ਸਾਰੇ ਬਾਹਰ ਨਿਕਲਿਆ ਤਾਂ ਉੱਦਾਂ ਹੁਣ ਸਿੰਘ ਬਾਹਰ ਨਿਕਲਿਆ ਤਾਂ ਭਾਈ ਘਨੱਈਆ ਜੀ ਬਾਹਰ ਨਿਕਲੇ ਤਾਂ ਮੁਸ਼ਕਿਲ ਪਾਣੀ ਆਪਣੇ ਸਿੰਘਾਂ ਨੂੰ ਪਿਲਾਉਂਦੇ ਹੁੰਦੇ ਸੀਗੇ ਅਤੇ ਹੁਣ ਦੂਜੇ ਜ਼ਖਮੀ ਕਰਾ ਰਹੇ ਆ ਉੱਥੇ ਸਿੰਘ ਤਾਂ ਕੋਈ ਹੈ ਨਹੀਂ ਉਹਨਾਂ ਨੂੰ ਵੀ ਪਾਣੀ ਪਿਆ ਰਿਹਾ ਕਿਉਂਕਿ ਉਹਨਾਂ ਦੀ ਪਾਣੀ ਪਿਆਉਣ ਵਾਲਾ ਕੋਈ ਹੈ ਜਰਨੈਲ ਕੋਈ ਨਹੀਂ ਸੂਬੇਦਾਰ ਨੇੜੇ ਕੋਈ ਨਹੀਂ ਆਪਣੀ ਜਾਨ ਬਚਾਉਣ ਲਈ ਜਾ ਕੇ ਬੈਠੇ ਆ ਅਤੇ ਉਹ ਸਾਰਾ ਰਾਤ ਕਰਾਉਂਦੇ ਨਾ ਰਹਿਣ ਉਹਨਾਂ ਦੇ ਨਾਲ ਜੇ ਕੋਈ ਉਹਨਾਂ ਦੀ ਜ਼ਖਮ ਪੱਟੀ ਕਰਨ ਵਾਲੀ ਗੱਲ ਹੈ ਤਾਂ ਸਾਰੀ ਰਾਤ ਭਾਈ ਘਨੱਈਆ ਜੀ ਨੇ ਇਹ ਸੇਵਾ ਕੀਤੀ ਆ ਦਿਨ ਚੜ੍ਹੇ ਤੱਕ ਸਿੰਘਾਂ ਨੇ ਸ਼ਿਕਾਇਤ ਵੀ ਕੋਈ ਸਤਿਗੁਰ ਦੇ ਕੋਲ ਪਹੁੰਚਾਤੀ ਸਤਿਗੁਰ ਜੀ ਤੁਸੀਂ ਤੋਪਾ ਚਲਾ ਕੇ ਮਾਰਿਆ ਸ਼ੇਰ ਸਿੰਘ ਨੇ ਨਾਰ ਸਿੰਘ ਨੇ ਜਾਨਾਂ ਦਾ ਤਲੀਆਂ ਉੱਤੇ ਯਾਨੀ ਸਿਰ ਟਕਾ ਕੇ ਆਪਣੇ ਜਾਨਾਂ ਦਾ ਰਿਸਕ ਲੈ ਕੇ ਉਹਨਾਂ ਦੀ ਖੱਟਾ ਵੱਢੀ ਕੀਤੀ ਤਾਂ ਭਾਈ ਘਨੱਈਏ ਨੇ ਜਾ ਕੇ ਜਲ ਛਕਾਉਣਾ ਸ਼ੁਰੂ ਕਰ ਦਿੱਤਾ ਸ਼ਿਕਾਇਤ ਪਹੁੰਚੀ ਹੁਣ ਭਾਈ ਘਨੱਈਏ ਦੀ ਪੇਸ਼ੀ ਤਾਂ ਹੋਣੀ ਸੀ ਸ਼ਿਕਾਇਤ ਹੋਈ ਆ ਅਤੇ ਉਹਦੀ ਪੁੱਛਗਿੱਛ ਤਾਂ ਹੋਣੀ ਆ ਬੇਸ਼ੱਕ ਸਤਿਗੁਰੂ ਜਾਨੀ ਜਾਣਿਆ ਬੇਸ਼ੱਕ ਸਤਿਗੁਰੂ ਆਪਣੇ ਪੰਥ ਨੂੰ ਬਹੁਤ ਉੱਚਾ ਲੈ ਕੇ ਜਾਣਾ ਚਾਹੁੰਦਾ ਬੇਸ਼ੱਕ ਸਤਿਗੁਰੂ ਇਹ ਦਿਖਾਉਣਾ ਚਾਹੁੰਦਾ ਕਿ ਜਦੋਂ ਕੋਈ ਲੜਦਾ ਆ ਉਦੋਂ ਤੁਹਾਡਾ ਦੁਸ਼ਮਣ ਆ ਉਦੋਂ ਤੁਹਾਡਾ ਵਿਰੋਧੀ ਜਦੋਂ ਹਮਲਾਵਰ ਹੋ ਗਿਆ ਅਤੇ ਜਦੋਂ ਕਿਤੇ ਜ਼ਖਮੀ ਹੋ ਗਿਆ ਕਿਤੇ ਨਿੱਟ ਕੇ ਬੈਠ ਕੇ ਡਿੱਗ ਪਿਆ ਉਹ ਜ਼ਾਲਮ ਨਹੀਂ ਰਿਹਾ ਉਹ ਮਜ਼ਲੂਮ ਬਣ ਗਿਆ ਹੁਣ ਤੁਹਾਡੀ ਮਦਦ ਦੀ ਲੋੜ ਆ ਸਤਿਗੁਰੂ ਹਮੇਸ਼ਾ ਮਜ਼ਲੂਮ ਦੇ ਨਾਲ ਖੜਾ ਆ ਸਤਿਗੁਰੂ ਹਮੇਸ਼ਾ ਨਿਤਾਣੇ ਦੇ ਨਾਲ ਖੜਾ ਹੁਣ ਨਿਤਾਣਾ ਬਣ ਚੁੱਕਾ ਆ ਹੁਣ ਨਿਮਾਣਾ ਬਣ ਕੇ ਕਰਾਹ ਕਰਾ ਕੇ ਮੰਗ ਰਿਹਾ ਪਾਣੀ 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 ਹੁਣ ਉਹਨੂੰ ਪਾਣੀ ਦੇ ਨਾਲ ਫਰਜ਼ ਬਣਦਾ ਆ ਉਹ ਜ਼ਖਮਾਂ 'ਚ ਖੂਨ ਵਗ ਰਿਹਾ ਆ ਅਤੇ ਕਰਾਹ ਰਿਹਾ ਆ ਉਹ ਜਿਹੜਾ ਯੋਧਾ ਚੜ੍ਹ ਗਿਆ ਸੀ ਮਾਰ ਦਿਆਂਗੇ ਹੁਣ ਉਹ ਨਹੀਂ ਰਿਹਾ ਹੁਣ ਤਾਂ ਆਪਣੀ ਜਾਨ ਦੀ ਭੀਖ ਮੰਗ ਰਿਹਾ ਜੀ ਹੋਰ ਦੀ ਰੁਚੀ ਚੇਂਜ ਹੋ ਚੁੱਕੀ ਆ ਅਤੇ ਜਿਹੜਾ ਚੜ੍ਹ ਕੇ ਆ ਰਿਹਾ ਹੈਗਾ ਆ ਉਹਨੂੰ ਜੋ ਚੜ੍ਹ ਕੇ ਆ ਰਿਹਾ ਗੁਰੂ ਘਰ ਨੇ ਤਾਂ ਉਹ ਤੋਪਾਂ ਦੇ ਗੋਲੇ ਲੈ ਕੇ ਆ ਰਿਹਾ ਉਹਨੂੰ ਤੋਪਾਂ ਦੇ ਗੋਲੇ ਮਿਲਣਗੇ ਉਹ ਤੀਰ ਲੈ ਕੇ ਆ ਰਿਹਾ ਉਹਨੂੰ ਤੀਰ ਮਿਲਣਗੇ ਉਹ ਅੱਗ ਲੈ ਕੇ ਆ ਰਿਹਾ ਉਹਨੂੰ ਅੱਗ ਮਿਲੇਗੀ ਉਹ ਕਿਰਪਾਨਾਂ ਦੇ ਫੱਟ ਮਾਰਨੇ ਚਾਹੁੰਦਾ ਉਹਨੂੰ ਕਿਰਪਾਨਾਂ ਦੇ ਫੱਟ ਹੀ ਮਿਲਣਗੇ ਜੋ ਗੁਰੂ ਘਰ ਕੋਈ ਲੈ ਕੇ ਆ ਰਿਹਾ ਉਹਦੇ ਵੱਟੇ ਨੂੰ ਉਹ ਕੁਛ ਹੀ ਮਿਲੇਗਾ ਅਤੇ ਜੇ ਕੋਈ ਆ ਕੇ ਬੇਨਤੀ ਆ ਜੋ ਜਿਹੜੀਆਂ ਅਰਦਾਸ ਕਰ ਰਿਹਾ ਭੀਖ ਮੰਗ ਰਿਹਾ ਤਾਂ ਉਹਦੀ ਮਨ ਪਾਉਂਦੀ ਭੀਖ ਵੀ ਮਿਲੇਗੀ ਮਿਲੇਗੀ ਹਾਂਜੀ ਜੀ ਇਹ ਗੁਰੂ ਘਰ ਦਾ ਅਸੂਲ ਆ ਅਤੇ ਹੁਣ ਉਹ ਆਵਾਜ਼ ਕਿਤੇ ਭਾਈ ਘਨੱਈਏ ਕੋਲ ਪਹੁੰਚ ਗਈ ਹਾਂਜੀ ਭਾਈ ਘਨੱਈਆ ਹੁਣ ਜਲ ਛਕਾ ਰਿਹਾ ਹੈਗਾ ਸਤਿਗੁਰੂ ਉਸ ਦਰਸ਼ਨ ਨੂੰ ਜਾਣਦੇ ਪਰ ਸ਼ਿਕਾਇਤ ਪਹੁੰਚ ਗਈ ਹੁਣ ਸ਼ਿਕਾਇਤ ਪਹੁੰਚ ਗਈ ਤਾਂ ਪੁੱਛਗਿੱਛ ਵੀ ਹੋਣੀ ਆ ਸਤਿਗੁਰੂ ਦਾ ਫਰਜ਼ ਬਣਦਾ ਸ਼ਿਕਾਇਤ ਕਰਨ ਵਾਲੀ ਸ਼ਿਕਾਇਤ ਦਾ ਨਿਵਾਰਨ ਵੀ ਕਰੇ ਇੱਕ ਨੇ ਨਹੀਂ ਦੋਵਾਂ ਤਿੰਨਾਂ ਨੇ ਕੀਤੇ ਸਤਿਗੁਰੂ ਨੇ ਭਾਈ ਘਨੱਈਏ ਨੂੰ ਅੰਮ੍ਰਿਤ ਵੇਲੇ ਦੇ ਦੀਵਾਨ ਜਦੋਂ ਲੱਗ ਕੇ ਹਟਿਆ ਸ਼ਿਕਾਇਤ ਉਦੋਂ ਪਹੁੰਚੀ ਤਾਂ ਸਤਿਗੁਰੂ ਨੇ ਦੀਵਾਨ ਤੋਂ ਬਾਅਦ ਭਾਈ ਘਨੱਈਏ ਨੂੰ ਦੀਵਾਨ ਦੇ ਵਿੱਚ ਖੜਾ ਕਰ ਲਿਆ ਜੀ ਭਾਈ ਘਨੱਈਆ ਆ ਸਿੰਘ ਕੀ ਕਹਿੰਦੇ ਆ ਜੀ
ਇਹ ਜਿਨ੍ਹਾਂ ਨੂੰ ਦੁਸ਼ਮਣਾਂ ਨੂੰ ਜਿਹੜੇ ਚੜ੍ਹ ਕੇ ਆਇਆ ਅਨੰਦਪੁਰ ਨੂੰ ਲੁੱਟਣ ਆਇਆ ਅਨੰਦਪੁਰ ਨੂੰ ਖਤਮ ਕਰਨ ਆਇਆ ਜਿਹੜੇ ਗੁਰੂ ਘਰ 'ਤੇ ਹਮਲਾਵਰ ਹੋਏ ਆ ਉਹਨਾਂ ਦਾ ਮੁਕਾਬਲਾ ਕਰਦੇ ਆ ਉਹਨਾਂ ਨੂੰ ਮਾਰਦੇ ਆ ਉਹਨਾਂ ਨੂੰ ਪਿੱਛੇ ਭਜਾਉਣ ਦੀ ਗੱਲ ਕਰਦੇ ਉਹ ਡਿੱਗ ਪੈਂਦੇ ਆ ਅਤੇ ਤੂੰ ਉਹਨਾਂ ਨੂੰ ਪਾਣੀ ਪਿਲਾਉਣ ਲੱਗ ਪੈਂਦਾ ਇਹ ਕੀ ਆ ਵੀ ਪੁੱਛਣਾ ਫਰਜ਼ ਬਣਦਾ ਸਤਿਗੁਰ ਦਾ ਤੂੰ ਦੁਸ਼ਮਣਾਂ ਨੂੰ ਪਾਣੀ ਪਿਆਉਂਦਾ ਇਹ ਤੇਰੀ ਸ਼ਿਕਾਇਤ ਆ ਅਤੇ ਭਾਈ ਕਹਿੰਦੇ ਹੱਥ ਜੋੜ ਕੇ ਖੜਾ ਗਿਆ ਸਤਿਗੁਰ ਜੀ ਨਹੀਂ ਮੈਂ ਕਿਸੇ ਦੁਸ਼ਮਣ ਨੂੰ ਤਾਂ ਪਾਣੀ ਪਿਲਾਇਆ ਹੀ ਨਹੀਂ ਜੀ ਜੀ ਉਹ ਜਿਹਨੂੰ ਪਾਣੀ ਪਿਲਾਈਏ ਸੋਚਣ ਵਾਲੀ ਗੱਲ ਆ ਹਾਂਜੀ ਉਹ ਦੁਸ਼ਮਣ ਨਹੀਂ ਹੁੰਦਾ ਜਾਂ ਦੁਸ਼ਮਣ ਨੂੰ ਪਾਣੀ ਪਿਲਾਇਆ ਹੀ ਨਹੀਂ ਜਾ ਸਕਦਾ ਅਤੇ ਭਾਈ ਕਨੇਜਾ ਕਹਿੰਦੇ ਮੈਂ ਕਿਸੇ ਦੁਸ਼ਮਣ ਨੂੰ ਪਾਣੀ ਤਾਂ ਪਿਲਾਇਆ ਹੀ ਨਹੀਂ ਔਰ ਸੱਚ ਕਰਕੇ ਜਾਣਿਓ ਸਤਿਗੁਰੂ ਜੀ ਮੈਨੂੰ ਤੁਹਾਡੇ ਬਿਨਾਂ ਹੋਰ ਦਿਸਦਾ ਵੀ ਕੋਈ ਨਹੀਂ ਔਰ ਇਹ ਭਾਈ ਕਨੇਜਾ ਜੀ ਆਪਣੀ ਬਿਰਤੀ ਨਾਲ ਇੱਥੇ ਪਹੁੰਚ ਚੁੱਕੇ ਸਨ ਕਿ ਜਿੱਧਰ ਦੇਖਦੇ ਸਨ ਉਹਨੂੰ ਗੁਰੂ ਗੋਬਿੰਦ ਸਿੰਘ ਹੀ ਨਜ਼ਰ ਆਉਂਦਾ ਸੀ ਉਹਨੂੰ ਗੁਰੂ ਕੇ ਸਿੱਖ ਹੀ ਨਜ਼ਰ ਆਉਂਦੇ ਸਨ ਸੰਸਾਰ ਦੇ ਵਿੱਚ ਬਿਰਤੀ ਇੱਥੇ ਪਹੁੰਚ ਗਈ ਸੀ ਸਾਰੇ ਬੰਨੇ ਚਾਰੇ ਬੰਨੇ ਗੁਰੂ ਹੀ ਨਜ਼ਰ ਆ ਰਿਹਾ ਸੀ ਅਤੇ ਜਦੋਂ ਗੁਰੂ ਹੀ ਸਾਰੇ ਬੰਨੇ ਨਜ਼ਰ ਆਉਣ ਲੱਗ ਪਿਆ ਉੱਪਰ ਦਿਸਦਾ ਹੀ ਕੋਈ ਸੀ ਕਹਿੰਦੇ ਸਤਿਗੁਰੂ ਜੀ ਮੈਨੂੰ ਤਾਂ ਦਿਸਦਾ ਹੀ ਹੋਰ ਕੋਈ ਨਹੀਂ ਮੈਂ ਪਾਣੀ ਜਦੋਂ ਪਿਲਾਉਣਾ ਤਾਂ ਮੈਨੂੰ ਦਿਸਦਾ ਤੇਰਾ ਹੁਕਮ ਦਿਸਦਾ ਬਸ ਕਿ ਹਰ ਮਜ਼ਲੂਮ ਦੀ ਬਾਂਹ ਫੜਨੀ ਹੈ ਹਰ ਨਤਾਣੇ ਦੀ ਬਾਂਹ ਫੜਨੀ ਹਰ ਨਮਾਣੇ ਦੀ ਬਾਂਹ ਫੜਨੀ ਆ ਅਤੇ ਜੇ ਕੋਈ ਹੱਥ ਜੋੜ ਕੇ ਤੁਹਾਡੇ ਕੋਲੋਂ ਨਿਮਰਤਾ ਦੇ ਨਾਲ ਭੀਖ ਮੰਗ ਰਿਹਾ ਉਹਨੂੰ ਭੀਖ ਵੀ ਦੇਣੀ ਉਹ ਤਾਂ ਜ਼ਿੰਦਗੀ ਮੰਗ ਰਿਹਾ ਅਤੇ ਮੈਂ ਉਹ ਦੇ ਰਿਹਾ ਉਹਨਾਂ ਨੂੰ ਜਲ ਦੇ ਰਿਹਾ ਸਤਿਗੁਰ ਨੇ ਇਹਦੇ ਇਹ ਬਿਆਨ ਸੁਣੇ ਹਾਂਜੀ ਬਿਆਨ ਸੁਣ ਕੇ ਸਤਿਗੁਰ ਨੇ ਫਿਰ ਜਿਹੜੀ ਸ਼ਿਕਾਇਤ ਕਰਨਾ ਸਿੱਖਾਂ ਨਾਲ ਦੇਖਿਆ ਵੀ ਬਿਰਤੀ ਹੋਵੇ ਤਾਂ ਸਿੱਖ ਦੀ ਇਹੋ ਜਿਹੀ ਹੋਵੇ ਕਿਹੋ ਜਿਹੀ ਬਿਰਤੀ ਹੋਵੇ ਉਹਨੂੰ ਸਾਰੇ ਆਪਣੇ ਗੁਰੂ ਦੱਸੇ ਗੁਰੂ ਤੋਂ ਬਿਨਾਂ ਹੋਰ ਕੋਈ ਦੱਸੇ ਨਾ ਜੇ ਗੁਰੂ ਨੂੰ ਸਾਰੇ ਬੰਨੇ ਦੇਖੇਗਾ ਤੇ ਫਿਰ ਹੀ ਕਹਿ ਸਕੇਗਾ ਕਿ ਮਾਨਸ ਕੀ ਜਾਤ ਸਭੇ ਏਕੇ ਪਛਾਣ ਬੋ ਗੁਰੂ ਗੋਬਿੰਦ ਸਿੰਘ ਦੀ ਰਚਨਾ ਵੰਡ ਵਿੱਚ ਕਿਹੜੀ ਉਹਨੂੰ ਦੱਸਣਗੇ ਜੇ ਗੁਰੂ ਦੱਸੇਗਾ ਤੇ ਤਾਂ ਹੀ ਸਾਰੀ ਮਾਨਸ ਦੀ ਜਾਤ ਜੇ ਗੁਰੂ ਦੱਸੇਗਾ ਤੇ ਤਾਂ ਹੀ ਕਹਿ ਸਕੇਗਾ ਨਾ ਸਾਰੀ ਮਾਨਸ ਕੀ ਜਾਤ ਹੈ ਏਕੇ ਪਛਾਣ ਬੋ ਇਹਦੇ ਵਿੱਚ ਗੁਰੂ ਹੈ ਗੁਰੂ ਗੋਬਿੰਦ ਸਿੰਘ ਦਾ ਐਲਾਨ ਕੀਤਾ ਹੋਇਆ ਸਾਰੀ ਮਾਨਸ ਜਾਤ ਦੇ ਵਿੱਚ ਪਰਮਾਤਮਾ ਨੂੰ ਉਹਦੇ ਦੇਖਣਾ ਰੋਮ ਰੋਮ 'ਚ ਰਮਿਆ ਹੋਇਆ ਉਹਨੂੰ ਦੇਖਣਾ ਪਰ ਜਦੋਂ ਕਿਸੇ ਦੀ ਬਿਰਤੀ ਹਮਲਾਵਰ ਹੁੰਦੀ ਹੈ ਜਦੋਂ ਕਿਸੇ ਦੀ ਬਿਰਤੀ ਹੰਕਾਰੀ ਹੈ ਜਦੋਂ ਬਿਰਤੀ ਤੁਹਾਡੇ ਨੂੰ ਨੁਕਸਾਨ ਪਹੁੰਚਾਉਂਦੀ ਉਹਦਾ ਮੁਕਾਬਲਾ ਵੀ ਕਰਨਾ ਹੈ ਜ਼ਾਲਮ ਨੂੰ ਹੋਰ ਜ਼ਾਲਮ ਨਹੀਂ ਬਣਨ ਦੇਣਾ ਪਰ ਜਦੋਂ ਕੋਈ ਮਜ਼ਲੂਮ ਬਣ ਗਿਆ ਤੇ ਖਲੋਣਾ ਵੀ ਉਹਦੇ ਨਾਲ ਖੜੇ ਹੋਣਾ ਔਰ ਇੱਕ ਗੱਲ ਸੱਚ ਕਰਕੇ ਜਾਣੇ ਹੋ ਜਿਹੜਾ ਬੰਦਾ ਮਜ਼ਲੂਮ ਨਾਲ ਖੜਾ ਨਹੀਂ ਨਾ ਹੋ ਸਕਦਾ ਉਹ ਜ਼ਾਲਮ ਦੇ ਖਿਲਾਫ਼ ਵੀ ਖੜਾ ਨਹੀਂ ਹੋ ਸਕਦਾ ਜਿਹੜਾ ਬੰਦਾ ਕਿਸੇ ਲੋੜਵੰਦ ਦੀ ਬਾਹ ਨਹੀਂ ਫੜ ਸਕਦਾ ਉਹ ਕਿਸੇ ਆਪਣੇ ਤੋਂ ਵੱਡੇ ਦੇ ਮੂਹਰੇ ਅੜ ਵੀ ਨਹੀਂ ਸਕਦਾ ਬੜੀ ਜ਼ਰੂਰੀ ਗੱਲ ਹੈ ਜੇ ਤੁਸੀਂ ਲੋੜਵੰਦਾਂ ਦੀ ਬਾਹਾਂ ਫੜੋਗੇ ਜੇ ਮਜ਼ਲੂਮਾਂ ਦੀ ਬਾਂਹ ਫੜੋਗੇ ਜੇ ਮਜ਼ਲੂਮਾਂ ਨਾਲ ਖੜੋਗੇ ਤਾਂ ਹੀ ਜ਼ਾਲਮਾਂ ਦੇ ਮੂਹਰੇ ਡਟ ਕੇ ਖੜ ਸਕਦੇ ਹਾਂ ਕਿਉਂਕਿ ਉਹਨਾਂ ਸਾਰਿਆਂ ਦਾ ਸਾਥ ਤੁਹਾਡੇ ਨਾਲ ਆ ਹਾਂਜੀ ਔਰ ਗੁਰਬਾਣੀ ਨੇ ਸੇਧ ਵੀ ਇਹ ਦਿੱਤੀ ਆ ਇਹੀ ਤਾਂ ਸਤਿਗੁਰ ਕਰ ਰਹੇ ਨੇ ਮਜ਼ਲੂਮਾਂ ਦੇ ਨਾਲ ਗੁਰਬਾਣੀ ਦੀ ਪੰਕਤੀ ਫੇਰ ਦੁਹਰਾ ਦਿਆਂ ਆਪਾਂ ਕਈ ਵਾਰੀ ਦੁਹਰਾਈ ਉਹ ਨੀਚਾ ਅੰਦਰ ਨੀਜਾਤ ਨੀਚੀ ਹਿਉਂ ਅਤ ਨੀਚ ਨਾਨਕ ਤਿਨਕੇ ਸੰਗ ਸਾਥ ਵੱਡਿਆਂ ਸੂ ਕਿਆ ਰੀਸ ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ੀ ਨੀਚ ਦਾ ਮਤਲਬ ਇਕੱਲੀ ਨੀਚ ਜਾਤ ਹੀ ਨਹੀਂ ਨੀਚ ਦਾ ਮਤਲਬ ਜਿਹੜਾ ਨੀਵਾਂ ਹੋ ਗਿਆ ਜਿਹੜਾ ਡਿੱਗ ਪਿਆ ਅਤੇ ਡਿੱਗਿਆ ਢੱਠੇ ਨੂੰ ਪਾਣੀ ਪਿਆਉਣਾ ਨਹੀਂ ਇਹ ਸਿਧਾਂਤ ਹੈ ਸਿੱਖੀ ਦਾ ਔਰ ਇੱਕ ਗੱਲ ਫਿਰ ਗੁਰੂ ਤੇਗ ਬਹਾਦਰ ਦੇ ਸ਼ਬਦਾਂ 'ਚ ਕਹਿ ਲਈਏ ਕਿ ਕਿਸੇ ਨੂੰ ਜੋ ਡਰਾਉਂਦਾ ਆ ਨਾ ਉਹ ਵੀ ਕਿਸੇ ਤੋਂ ਡਰੇਗਾ ਜੀ ਪਰ ਜੇ ਚਾਹੁੰਦੇ ਹਾਂ ਕਿ ਅਸੀਂ ਕਿਸੇ ਤੋਂ ਨਾ ਡਰੀਏ ਤਾਂ ਕਿਸੇ ਨੂੰ ਡਰਾਇਓ ਵੀ ਨਾ ਔਰ ਗੁਰਬਾਣੀ ਦਾ ਸਿਧਾਂਤ ਵੀ ਇਹ ਗੁਰੂ ਤੇਗ ਬਹਾਦਰ ਦੇ ਸ਼ਬਦ ਹੈ ਭੈ ਕਾਹੂ ਕੋ ਦੇਤ ਨਹਿ ਨਹਿ ਪੈ ਮਾਣ ਆਣ ਵੀ ਜੇ ਕਿਸੇ ਨੂੰ ਡਰ ਨਹੀਂ ਦਿਓਗੇ ਤਾਂ ਤੁਹਾਨੂੰ ਵੀ ਕਿਸੇ ਦਾ ਡਰ ਨਹੀਂ ਮੰਨਣਾ ਪੈਣਾ ਜੇ ਕਿਸੇ ਨੂੰ ਲੋਕਾਂ ਨੂੰ ਡਰਾਓਗੇ ਨਾ ਤਾਂ ਫਿਰ ਤੁਹਾਡੇ ਅੰਦਰ ਵੀ ਮਨ ਦੇ ਅੰਦਰ ਖੌਫ ਵੱਸ ਜਾਣਾ ਔਰ ਵੱਡੇ ਵੱਡੇ ਰਾਜੇ ਵੱਡੇ ਵੱਡੇ ਡਿਕਟੇਟਰ ਜਦੋਂ ਲੋਕਾਂ ਨੂੰ ਡਰਾਉਂਦੇ ਆ ਉਹਨਾਂ ਦੇ ਮਨ ਦੇ ਅੰਦਰ ਵੀ ਜਿੱਦਾਂ ਜਿੱਦਾਂ ਡਰਾਈ ਜਾਂਦੇ ਉਦੋਂ ਤਾਂ ਦਹਿਸ਼ ਪੈਦਾ ਹੋ ਜਾਂਦੀ ਆ ਸੋ ਭਾਈ ਕਨਈਆ ਜੀ ਕਹਿੰਦਾ ਸਤਿਗੁਰੂ ਜੀ ਮੈਨੂੰ ਤਾਂ ਹੋਰ ਕੋਈ ਦਿਸਦਾ ਨਹੀਂ ਜਦੋਂ ਮੈਂ ਕੋਈ ਮਜ਼ਲੂਮ ਦੇਖਦਾ ਮੈਨੂੰ ਤੇਰਾ ਆਦੇਸ਼ ਦਿਸਦਾ ਜਦੋਂ ਮੈਂ ਕੋਈ ਮਜ਼ਲੂਮ ਦੇਖਦਾ ਮੈਨੂੰ ਗੁਰਬਾਣੀ ਦਾ ਸੰਦੇਸ਼ ਦਿਸਦਾ ਜਦੋਂ ਮੈਂ ਕੋਈ ਮਜ਼ਲੂਮ ਦੇਖਦਾ ਜਦੋਂ ਕੋਈ ਲੋੜਵੰਦ ਦੇਖਦਾ ਤਾਂ ਮੈਨੂੰ ਤੇਰਾ ਜਿਹੜਾ ਹੁਕਮ ਉਹ ਦਿਸਦਾ ਆ ਕਿ ਲੋੜਵੰਦਾਂ ਦੀ ਬਾਂਹ ਫੜਨੀ ਆ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ ਅਤੇ ਮੈਂ ਉਹਨਾਂ ਦੇ ਮੂੰਹ ਦੇ ਵਿੱਚ ਪਾਣੀ ਪਾਉਂਦਾ ਆ ਮੈਨੂੰ ਲੱਗਦਾ ਮੇਰਾ ਗੁਰੂ ਖੁਸ਼ ਹੋ ਰਿਹਾ ਕਿਉਂਕਿ ਗਰੀਬਾਂ 'ਚ ਸਤਿਗੁਰ ਨੇ ਕਿਹਾ ਖਲਕ ਦੇ ਵਿੱਚ ਉਹ ਖਾਲਕ ਵਸਦਾ ਆ ਸਤਿਗੁਰ ਨੇ ਹੁਣ ਫਿਰ ਸਿੱਖਾਂ ਨੇ ਦੇਖਿਆ ਸਤਿਗੁਰ ਨੇ ਸੰਦੇਸ਼ ਜਿਹੜਾ ਸੀ ਗੁਰੂ ਨਾਨਕ ਸਾਹਿਬ ਦਾ ਉਹ ਦੁਹਰਾਇਆ ਕਿ ਸਾਡੇ ਲਈ ਗੁਰੂ ਅਰਜਨ ਦੇਵ ਕਹਿ ਗਿਆ ਆ ਨਾ ਕੋ ਵੈਰੀ
ਨਹੀਂ ਬਗਾਨਾ ਸਗਲ ਸੰਗ ਹਮਕੋ ਬਣਿਆਈ। ਸਾਡੇ ਲਈ ਕੋਈ ਵੈਰੀ ਵੀ ਨਹੀਂ, ਸਾਡੇ ਲਈ ਕੋਈ ਬਗਾਨਾ ਵੀ ਨਹੀਂ। ਇਹ ਤਾਂ ਦੁਨੀਆਂ ਦੀ ਜਿਹੜੀ ਆ ਗਈ ਹੈ ਚਾਲ ਆ ਗਈ ਇਹਨਾਂ ਦੀ, ਰਾਜਿਆਂ ਦੀ ਰੱਤ ਪੀਣੇ ਰਾਜੇ ਜਿਹੜੇ ਆ, ਜਿਹੜੇ ਵਿਦੇਸ਼ੀ ਧਾੜ ਵੀ ਆ, ਜਿਹੜੇ ਹਿੰਦੁਸਤਾਨ 'ਤੇ ਕਾਬਜ ਹੋ ਗਏ ਆ, ਜਿਨ੍ਹਾਂ ਨੇ ਆ ਕੇ ਇੱਥੋਂ ਦੇ ਲੋਕਾਂ ਨੂੰ ਲੁੱਟਿਆ ਅਤੇ ਕੁੱਟਿਆ ਆ, ਉਹ ਜਦੋਂ ਅਸੀਂ ਹੱਕ ਅਤੇ ਸੱਚ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਮਜ਼ਲੂਮਾਂ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਲੁੱਟੇ ਅਤੇ ਕੁੱਟੇ ਜਾ ਰਹੇ ਲੋਕਾਂ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਦੱਬਿਆਂ ਕੁਚਲਿਆਂ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਦਲਿਤਾਂ ਦੀ ਗੱਲ ਕਰਦੇ ਹਾਂ, ਜਦੋਂ ਲਤਾੜੇ ਗਏ ਸ਼ੂਦਰਾਂ ਦੀ ਗੱਲ ਕਰਦੇ ਹਾਂ, ਅਤੇ ਉਦੋਂ ਉਹ ਲੋਕ ਅਤੇ ਉਹਨਾਂ ਦੇ ਨਾਲ ਜੁੜੇ ਹੋਏ ਜਾਤ ਬਿਮਾਨੀ ਲੋਕ ਜਿਹੜੇ ਆ, ਉਹ ਚੜ੍ਹ ਕੇ ਸਾਡੇ 'ਤੇ ਹਮਲਾਵਰ ਹੋ ਕੇ ਆਉਂਦੇ ਆ, ਅਤੇ ਉਹਨਾਂ ਦੇ ਬੁਥਾੜ ਭੰਨਣੇ ਵੀ ਸਾਡਾ ਫਰਜ਼ ਬਣ ਜਾਂਦਾ ਜੀ, ਕਿ ਅਸੀਂ ਸਾਡਾ ਵੈਰ ਤਾਂ ਨਹੀਂ ਕਿਸੇ ਨਾਲ ਹੈਗਾ, ਪਰ ਉਹਨਾਂ ਦੇ ਜਦੋਂ ਬਥਾੜ ਭੰਨਦੇ ਆ, ਜਦੋਂ ਡਿੱਗ ਪੈਂਦੇ ਆ, ਉਹ ਵੀ ਸਾਡੇ ਲਈ ਜਿੱਦਾਂ ਦੇ ਬਾਕੀ ਦੱਬੇ ਕੁਝ ਦੱਬੇ ਪੁੱਛਦੇ ਉਹ ਬਿਲਕੁਲ। ਅਤੇ ਭਾਈ ਘਰਈਆ ਜੀ ਕੁਛ ਗਲਤ ਨਹੀਂ ਕਰ ਰਿਹਾ, ਉਹ ਗੁਰੂ ਨਾਨਕ ਦੇ ਆਦਰਸ਼ ਮੁਤਾਬਕ ਹੀ ਕਰ ਰਿਹਾ, ਨੀਵਿਆਂ ਦੀ, ਮਜ਼ਲੂਮਾਂ ਦੀ, ਲੋੜਵੰਦਾਂ ਦੀ, ਡਿੱਗਿਆਂ ਝੱਠਿਆਂ ਦੀ ਬਾਂਹ ਫੜ ਰਿਹਾ ਅਤੇ ਬਾਂਹ ਫੜ ਕੇ ਉਹਨਾਂ ਨੂੰ ਖੜ੍ਹਾ ਕਰਨ ਦੀ ਕੋਸ਼ਿਸ਼ ਕਰ ਰਿਹਾ। ਸਿੱਖ ਨੂੰ ਇੱਦਾਂ ਕਰਨਾ ਚਾਹੀਦਾ। ਭਾਈ ਘਨੱਈਆ ਨੂੰ ਨੇੜੇ ਸੱਦ ਕੇ ਸਤਿਗੁਰ ਨੇ ਥਾਪੜਾ ਦਿੱਤਾ। ਹਾਂਜੀ, ਥਾਪੜਾ ਦੇਖਿਆ, ਕਿਹਾ ਭਾਈ ਘਨੱਈਆ ਪਾਣੀ ਦੀ ਮਸ਼ਕ ਤਾਂ ਤੂੰ ਚੱਕੀ ਚੱਕੀ, ਹਾਂਜੀ, ਪਰ ਤੂੰ ਇੱਦਾਂ ਕਰ ਮਲਮ ਦੀ ਡੱਬੀ ਵੀ ਚੱਕ ਲਾ। ਜੀ ਜੀ, ਮਲਮ ਦੀ ਡੱਬੀ ਚੱਕ ਕੇ ਲੈ ਦੇ ਅਤੇ ਫਿਰ ਤੂੰ ਹੁਣ ਮਲਮ ਲਾ। ਜੀ, ਐਸੀ ਮਲਮ ਲਾ ਕਿ ਇਹਨਾਂ ਦੇ ਜ਼ਖਮ ਜਿਹੜੇ ਆ ਨਾ, ਉਹ ਠੀਕ ਹੋ ਜਾਣ, ਉਹ ਠੀਕ ਹੋ ਜਾਣ। ਜੀ ਜੀ, ਇਕੱਲੇ ਜ਼ਖਮ ਇਹਨਾਂ ਦੇ ਜਿਹੜੇ ਬਾਹਰਲੇ ਸਰੀਰਾਂ ਦੇ ਤਨ ਦੇ ਜ਼ਖਮ ਨਾ ਠੀਕ ਹੋਣ, ਨਾਲ ਇਹਨਾਂ ਨੂੰ ਨਾਮ ਪਾਣੀ ਵੀ ਦੇ, ਇਹਨਾਂ ਦੇ ਮਨ ਦੇ ਜ਼ਖਮ ਵੀ ਠੀਕ ਹੋਣ, ਇਹਨਾਂ ਅੰਦਰ ਜਿਹੜਾ ਹੰਕਾਰ ਭਰਿਆ ਹੋਇਆ, ਇਹਨਾਂ ਅੰਦਰ ਜਿਹੜਾ ਅਸਭ ਭਰਿਆ ਹੋਇਆ, ਜਿਹੜਾ ਇਹਨਾਂ 'ਚ ਜਾਤ ਅਭਿਮਾਨ ਭਰਿਆ ਹੋਇਆ, ਜਿਹੜਾ ਇਹਨਾਂ ਅੰਦਰ ਹੈਂਕੜ ਭਰੀ ਹੋਈ ਆ, ਜਿਹੜੇ ਇਹ ਪਰਮਾਤਮਾ ਦੀਆਂ ਬਖਸ਼ਿਆਂ ਤੋਂ ਟੁੱਟ ਚੁੱਕੇ ਆ, ਜਿਹੜੇ ਵਰਗਲਾਏ ਗਏ ਆ, ਇਹਦਾ ਉਹ ਸਾਰਾ ਕੁਛ ਵੀ ਇਹਨਾਂ ਦਾ ਦੂਰ ਹੋ ਜਾਵੇ, ਮਨ ਇਹਨਾਂ ਦੇ ਸ਼ਾਂਤ ਹੋ ਜਾਣ, ਇਹਨਾਂ ਦੇ ਮਨ ਵੀ, ਤਨ ਵੀ ਤੰਦਰੁਸਤ ਹੋਣ, ਇਹਨਾਂ ਦੇ ਮਨ ਵੀ ਦਰੁਸਤ ਹੋ ਜਾਣ। ਜੀ, ਤੰਦਰੁਸਤ ਸ਼ਬਦ ਨਾ ਤਨ ਦੀ ਦ੍ਰਿਸ਼ਟੀ ਨੂੰ ਬਣਾ, ਤਨ ਦਰੁਸਤ, ਤੰਦਰੁਸਤ, ਅਤੇ ਮਨ ਦੀ ਦ੍ਰਿਸ਼ਟੀ ਤੋਂ ਸ਼ਬਦ ਫਿਰ ਆਉਣਾ ਚਾਹੀਦਾ ਮਨ ਦਰੁਸਤ, ਇਹਨਾਂ ਦੇ ਮਨ ਵੀ ਦਰੁਸਤ ਹੋ ਜਾਣ। ਜੀ, ਇਕੱਲੇ ਤਨ ਹੀ ਦਰੁਸਤ ਨਾ ਹੋਣ, ਇਹਨਾਂ ਦੇ ਮਨ ਵੀ ਦਰੁਸਤ ਹੋ ਜਾਣ, ਇਹ ਇਕੱਲੇ ਤੰਦਰੁਸਤੀ ਨਾ ਹੋਣ, ਇਹ ਮਨ ਦਰੁਸਤ ਵੀ ਹੋ ਜਾਣ, ਇਹਨਾਂ ਦੇ ਮਨ ਵੀ ਦਰੁਸਤ ਹੋਣ, ਇਹਨਾਂ ਦੇ ਮਨ ਵੀ ਠੀਕ ਹੋਣ, ਇਹਨਾਂ ਦੀ ਮਨ ਦੀ ਵੀ ਜਿਹੜੀ ਆ ਮਨ ਵੀ ਸਾਧਨਾ ਵਾਲੇ ਪਾਸੇ ਲੱਗ ਜਾਣ, ਇਹਨਾਂ ਦੇ ਮਨ ਵੀ ਸੱਚ ਵਾਲੇ ਬੰਨੇ ਲੱਗ ਜਾਣ, ਇਹਨਾਂ ਨੂੰ ਐਸਾ ਮੋੜਾ ਪਾ ਭਾਈ ਘਨੱਈਆ, ਤੇਰੀ ਸੇਵਾ ਦੇ ਵਿੱਚ ਮੋੜਾ ਪੈ ਸਕਦਾ ਆ। ਔਰ ਇਹ ਜਿਹੜੇ ਭਾਈ ਘਨੱਈਆ ਜੀ ਸੀ ਨਾ, ਇਹਨੇ ਫਿਰ ਹੁਣ ਮਲਮ ਵੀ ਚੱਕ ਲਈ ਆ ਜੀ, ਕੁਛ ਇਹਦੀ ਬਿਰਤੀ ਵਾਲੇ ਸਿੱਖ ਇਹਦੇ ਨਾਲ ਲੱਗ ਪਿਆ। ਹਾਂਜੀ, ਅਤੇ ਇਹਨਾਂ ਨੇ ਹੁਣ ਜਿਹੜੇ ਉਹ ਰਾਤ ਦੇ ਡਿੱਗੇ ਪਾਉਣ ਦੀ ਸਾਰ ਲੈਣ ਤਾਂ ਉੱਥੇ ਕਿਸੇ ਨੇ ਉਹਨਾਂ ਨੇ ਤੋਪਾਂ ਦੇ ਗੋਲਾਂ ਤੋਂ ਡਰਦੇ ਤਾਂ ਭੱਜ ਗਏ, ਅਤੇ ਰਾਤ ਵੀ ਸੇਵਾ ਕਰਦੇ ਰਹੇ, ਹੁਣ ਸਤਿਗੁਰ ਦਾ ਹੁਕਮ ਪਾ ਕੇ ਰਾਤੀ ਜਾਲੀ ਕੱਲਾ ਛਕਾਉਂਦੇ ਰਹੇ, ਦਿਨੇ ਇਹਨਾਂ ਦੀ ਮਲਮ ਪੱਟੀਆਂ ਵੀ ਕਰਦੇ ਰਹੇ ਆ, ਅਤੇ ਜਿਹੜੇ ਆਪਣੇ ਸਿਪਾਹੀਆਂ ਨੂੰ ਛੱਡ ਕੇ ਦੌੜ ਗਿਆ ਸੀਗੇ, ਜਿਹੜੇ ਚੱਲ ਵਸੇ ਸੀਗੇ ਉਹਨਾਂ ਦਾ ਸੰਸਕਾਰ ਵੀ ਇਹਨਾਂ ਨੇ ਆਪਣੇ ਹੱਥੀਂ ਕੀਤਾ ਆ। ਹਾਂਜੀ, ਔਰ ਇਹ ਜਿਹੜੀ ਭਾਵਨਾ ਸਤਿਗੁਰ ਨੇ ਦਿੱਤੀ ਆ, ਕਿਹੜੇ ਸਾਲਾਂ 'ਚ? 1704 'ਚ। ਜੀ, ਕਿੰਨੇ ਸੌ ਸਾਲ ਪਹਿਲਾਂ ਜੀ? ਅੱਜ ਹੋ ਗਿਆ 2000 ਤੋਂ ਉੱਤੇ, 300 ਸਾਲ ਤੋਂ ਪਹਿਲਾਂ ਸਮਾਂ 1704 ਦੇ ਵਿੱਚ, ਜਦੋਂ ਦੁਨੀਆ ਸੁਪਨਾ ਹੀ ਨਹੀਂ ਸੀ ਲੈ ਸਕਦੀ ਰੈੱਡ ਕਰਾਸ ਵਰਗੀਆਂ ਸੰਸਥਾਵਾਂ ਦਾ, ਸਤਿਗੁਰ ਨੇ ਉਦੋਂ ਉਹਦੇ ਵਰਗੀ ਸੰਸਥਾ ਉੱਥੇ ਪੈਦਾ ਕਰ ਦਿੱਤੀ, ਆਪਣੇ ਗੁਰਸਿੱਖਾਂ 'ਚ ਪੈਦਾ ਕਰ ਦਿੱਤੀ, ਉਹਨੂੰ ਸੰਸਥਾਈ ਰੂਪ ਦਿੱਤਾ ਭਾਈ ਘਨੱਈਏ ਦੇ ਨਾਲ ਜੋੜ ਕੇ। ਭਾਈ ਘਨੱਈਆ, ਤੂੰ ਜੰਗਾਂ ਦੇ ਵਿੱਚ ਵੀ ਚੱਲਦਿਆਂ ਚੱਲਦਿਆਂ ਜਿਹੜੇ ਡਿੱਗਦੇ ਆ ਉਹਨਾਂ ਦੀ ਸਾਂਭ ਸੰਭਾਲ ਹੋਣੀ ਚਾਹੀਦੀ ਆ, ਜਿਹੜੇ ਜ਼ਖਮੀ ਉਹਨਾਂ ਦੀ ਸਾਂਭ ਸੰਭਾਲ ਹੋਣੀ ਚਾਹੀਦੀ, ਜਿਹੜੇ ਮਰ ਜਾਂਦੇ ਉਹਨਾਂ ਦਾ ਸੰਸਕਾਰ ਵਧੀਆ ਤਰੀਕੇ ਨਾਲ ਹੋਣਾ ਚਾਹੀਦਾ। ਭਾਈ ਘਨੱਈਆ, ਜ਼ਿੰਮੇਵਾਰੀ ਤੇਰੀ ਲਾਈ, ਤੂੰ ਸੇਵਾ ਕਰ, ਔਰ ਤੈਨੂੰ ਤੇਰਾ ਨਾਂ ਦਾ ਤੇਰੀ ਸੇਵਾ ਦੇ ਤੋਂ ਪ੍ਰਭਾਵਿਤ ਹੋ ਕੇ ਪੰਥ ਵੀ ਚੱਲੂਗਾ, ਤੇਰੇ 'ਤੇ ਗੁਰੂ ਦੀਆਂ ਬਖਸ਼ਿਸ਼ਾਂ ਆ। ਅਤੇ ਸਤਿਗੁਰ ਨੇ ਇੱਕ ਇਹੋ ਜਿਹੀ ਸੰਸਥਾ ਜਿਹੜੀ ਆ, ਇਹ ਉਹਨਾਂ ਸਮਿਆਂ ਦੇ ਵਿੱਚ ਜਦੋਂ ਦੁਨੀਆ ਸਪਨਾ ਨਹੀਂ ਸੀ ਲੈ ਸਕਦੀ, ਰੈੱਡ ਕਰਾਸ ਸੱਚ ਕੇ ਪੈਦਾ ਹੋਈ ਹੈ ਨਾ, ਹਾਂਜੀ, ਇਹ ਜਿਹੜੀਆਂ ਵੱਡੀਆਂ ਛੁੱਟੀਆਂ, ਜਿਹੜੀਆਂ ਜੰਗਾਂ ਹੋਈਆਂ ਵਰਲਡ ਵਾਰ, ਉਹਨਾਂ ਦੀ ਪੈਦਾਇਸ਼ ਆ ਰੈੱਡ ਕਰਾਸ। ਪਰ ਸਤਿਗੁਰ ਨੇ 300 ਸਾਲ ਪਹਿਲਾਂ ਜਿਹੜੀ ਦੁਨੀਆ ਅੱਜ ਸੁਪਨੇ ਲੈਂਦੀ ਹੈ, ਜਿਹੜੀ 50 ਸਾਲ ਪਹਿਲਾਂ ਸੁਪਨੇ ਦੁਨੀਆ ਲੈਣੇ ਸ਼ੁਰੂ ਕੀਤੇ ਸੀ, ਜਿਹੜੇ 60 ਸਾਲ ਲੈਣੇ ਸ਼ੁਰੂ ਕੀਤੇ ਸੀਗੇ, ਉਹ ਸੁਪਨੇ ਸਤਿਗੁਰ ਨੇ, ਉਹ ਸੁਪਨੇ ਹੀ ਨਹੀਂ, ਸਤਿਗੁਰ ਨੇ ਹਕੀਕਤ 'ਚੋਂ ਗੱਲ ਕਰਕੇ ਅੱਜ ਤੋਂ 300 ਸਾਲ ਪਹਿਲਾਂ ਦਿਖਾ ਦਿੱਤੀ। ਔਰ ਮੈਂ ਕਹਿੰਦਾ ਸਤਿਗੁਰ ਸਾਡਾ ਐਡਾ ਦਿਵ ਦ੍ਰਿਸ਼ਟੀ ਦਾ ਮਾਲਕ, ਸਤਿਗੁਰ ਸਾਡਾ ਐਡੀ ਦੂਰ ਦ੍ਰਿਸ਼ਟੀ ਦਾ ਮਾਲਕ, ਸਤਿਗੁਰ ਨੇ ਉਦੋਂ ਸੰਸਥਾ ਖੜ੍ਹੀ ਕਰ ਦਿੱਤੀ, ਜਿਹੜੀ ਸੰਸਥਾ ਬਾਅਦ ਸੇਵਾ ਪੰਥ ਦੇ ਨਾਂ 'ਤੇ ਮਸ਼ਹੂਰ ਹੋਈ। ਭਾਈ ਘਨੱਈਆ ਦੇ ਨਾਲ ਕੁਛ ਹੋਰ ਸਿੰਘ ਜੋੜ ਕੇ, ਉਹਨੂੰ ਇਕੱਲਾ ਪਾਣੀ ਨਹੀਂ ਦਿੱਤਾ, ਉਹਦੇ ਨਾਲ ਮਲਮ ਪੱਟੀ ਵੀ ਦੇ ਦਿੱਤੀ। ਪਰ ਸਾਡੀ ਬਦਕਿਸਮਤੀ ਕਹਿ ਲਈਏ, ਹਾਂਜੀ, ਕਿ ਸਾਡੇ ਤੋਂ ਸੰਸਥਾਵਾਂ ਪ੍ਰਚਾਰੀਆਂ ਨਹੀਂ ਗਈਆਂ ਜੀ, ਪਸਾਰੀਆਂ ਨਹੀਂ ਗਈਆਂ, ਉਹਨਾਂ ਦੀ ਸੰਸਾਰ ਪੱਧਰ 'ਤੇ ਗੱਲ ਨਹੀਂ ਕੀਤੀ ਗਈ, ਗੱਲ ਨਹੀਂ ਕਰਾਈ ਗਈ, ਦੁਨੀਆਂ ਨੂੰ ਅਸੀਂ ਦੱਸਣ 'ਚ ਕਾਮਯਾਬ ਹੀ ਨਹੀਂ ਹੋ ਸਕੇ ਕਿ ਜਿਹੜੇ ਸੁਪਨੇ ਤੁਸੀਂ ਅੱਜ ਲੈ ਰਹੇ ਹਾਂ, ਇਹ ਸਾਡਾ ਸਤਿਗੁਰ ਤਾਂ ਸੈਂਕੜੇ ਸੈਂਕੜੇ ਸਾਲ ਪਹਿਲਾਂ ਕਰਕੇ ਦਿਖਾ ਗਿਆ ਹੈ ਕਿ ਤੁਸੀਂ ਤੁਹਾਡੇ ਸੁਪਨੇ ਹੀ ਆ, ਪਰ ਸਤਿਗੁਰ ਕਰਕੇ ਦਿਖਾ ਗਿਆ
ਕਿ ਜੰਗ ਦੇ ਮੈਦਾਨ ਦੇ ਵਿੱਚ ਵੀ ਮਨੁੱਖ ਦੇ ਮੁੱਢਲੇ ਅਧਿਕਾਰ ਹੁੰਦੇ ਆ ਜੀ, ਮਨੁੱਖ ਦੇ ਮੁੱਢਲੇ ਅਧਿਕਾਰ ਕਿ ਬੇਸ਼ੱਕ ਉਹ ਜੰਗ ਦਾ ਮੈਦਾਨ ਆ, ਬੇਸ਼ੱਕ ਉਹਦੀ ਗੋਲੀ ਵੱਜਦੀ ਆ, ਬੇਸ਼ੱਕ ਹਮਲਾਵਰ ਹੋਇਆ ਆ, ਉਹਦੀ ਗੋਲੀ ਵੱਜੀ ਜ਼ਖਮੀ ਆ, ਪਰ ਜ਼ਖਮੀ ਦੀ ਮਲਮ ਪੱਟੀ ਤਾਂ ਹੋਣੀ ਚਾਹੀਦੀ ਆ। ਜਿਹਨੂੰ ਪਾਣੀ ਦੀ ਲੋੜ ਉਹਨੂੰ ਪਾਣੀ ਤਾਂ ਮਿਲਣਾ ਚਾਹੀਦਾ, ਜਿਹੜਾ ਭੁੱਖਾ ਮਰ ਰਿਹਾ ਉਹਨੂੰ ਰੋਟੀ ਤਾਂ ਮਿਲਣੀ ਚਾਹੀਦੀ ਆ, ਉਹਨੂੰ ਬ੍ਰੈਡ ਤਾਂ ਮਿਲਣੀ ਚਾਹੀਦੀ ਆ। ਇਹ ਜਿਹੜੀ ਗੱਲ ਸਤਿਗੁਰੂ ਅੱਜ ਤੋਂ ਸੈਂਕੜੇ ਸਾਲ ਪਹਿਲਾਂ ਕਰ ਗਿਆ ਭਾਈ ਘਨੱਈਆ ਦੇ ਰਾਹੀਂ ਸਤਿਗੁਰੂ ਪੂਰ ਨੇ ਸਾਡੇ ਲਈ ਪਾ ਗਿਆ, ਇਹ ਸਾਡੇ ਲਈ ਮਾਣ ਵਾਲੀ ਗੱਲ ਆ ਬਿਲਕੁਲ। ਇਹ ਔਰ ਤੁਸੀਂ ਜਿਹੜੀ ਗੱਲ ਕੀਤੀ ਨਾ ਜੰਗ ਦੇ ਮੈਦਾਨ ਦੇ ਵਿੱਚ ਜੀ, ਇੱਕ ਬੰਦੇ ਲੋਕ ਮਰ ਰਿਹਾ ਅਤੇ ਦੂਜੇ ਬੰਦੇ ਨੂੰ ਜਵਾਇਆ ਜਾ ਰਿਹਾ, ਸੌਖੇ ਤਾਂ ਹਰ ਕੋਈ ਸਿਧਾਂਤ ਰੱਖ ਲੈਂਦਾ, ਸੌਖਿਆਂ ਸਮਿਆਂ ਦੇ ਵਿੱਚ ਤਾਂ ਹਰ ਕੋਈ ਧਰਮ ਨਿਭਾ ਲੈਂਦਾ, ਜਦੋਂ ਸਮਾਂ ਔਖਾ ਹੋਵੇ ਆਨੰਦਪੁਰ ਦੇ ਦੁਆਲੇ ਸਤਿਗੁਰੂ ਅੰਦਰ ਹੁਣ ਹਜ਼ਾਰਾਂ ਦੇ ਵਿੱਚ ਬੈਠੇ ਆ, 5,000 ਸਿੱਖ ਇਕੱਠਾ ਕੀਤਾ ਸੀਗਾ, ਉਹ ਸ਼ਹੀਦ ਹੋ ਗਿਆ, 2,250 ਰਹਿ ਗਿਆ, ਅੱਧੇ ਸ਼ਹੀਦ ਹੋ ਚੁੱਕੇ ਆ। ਜਦੋਂ ਤੁਹਾਡੀ 5,000 ਦੀ ਨਫਰੀ ਦੇ ਆਲੇ ਦੁਆਲੇ 10,00,000 ਦਾ ਘੇਰਾ ਪਿਆ ਹੋਵੇ, ਉਹਨਾਂ 'ਚੋਂ ਤੁਹਾਡਿਆਂ 'ਚੋਂ ਅੱਧੇ ਸ਼ਹੀਦ ਹੋ ਚੁੱਕੇ ਹੋਣ, ਘੇਰਾ ਟੁੱਟਣ ਦਾ ਨਾਂ ਨਾ ਲੈਂਦਾ ਹੋਵੇ, ਉਦੋਂ ਵੀ ਸਿਧਾਂਤ ਕਾਇਮ ਰੱਖਣੇ, ਸਮਝਣ ਵਾਲੀ ਇਹ ਵੱਡੀ ਗੱਲ ਹੈ। ਬਿਲਕੁਲ ਜੀ, ਸੋਚਣ ਵਾਲੀ ਗੱਲ ਹੈ। ਹਮਲਾ ਜਾਣਾ ਪੰਥ ਚਿਰੋਂ ਜੀ ਜੀ, ਔਰ ਕਦੀ 1-20 ਭੈਣ ਦੀ ਬੇਅਦਬੀ ਨਹੀਂ ਗੁਰੂ ਕੇ ਸਿੱਖਾਂ ਵੱਲੋਂ, ਇਹ ਵੀ ਸਤਿਗੁਰੂ ਨੇ ਉੱਥੇ ਪੂਰਨੇ ਪਾਏ ਜੀ। ਜੇ ਕਿਸੇ ਜੰਗ ਦੇ ਮੈਦਾਨ 'ਚ ਬਾਹਰੋਂ ਫੜ ਕੇ ਲਿਆ, ਸਤਿਗੁਰ ਨੇ ਕਿਹਾ ਨਹੀਂ, ਜੋ ਤੁਰਕ ਕਰਦੇ ਆ, ਜੋ ਮੁਗਲ ਕਰਦੇ ਆ, ਜੋ ਜ਼ਾਲਮ ਕਰਦੇ, ਤੁਸੀਂ ਉਹ ਨਹੀਂ ਕਰਨਾ, ਕਿਉਂਕਿ ਹਮਲਾ ਜਾਣਾ ਪੰਥ ਉਚੇਰੋ। ਅਸੀਂ ਪੰਥ ਨੂੰ ਬਹੁਤ ਉੱਚਾ ਲੈ ਕੇ ਜਾਣਾ ਚਾਹੁੰਦੇ, ਅਸੀਂ ਪੰਥ ਨੂੰ ਆਉਣ ਵਾਲੇ ਸਮਿਆਂ ਦਾ ਹਾਣੀ ਬਣਾਉਣਾ ਚਾਹੁੰਦੇ ਹਾਂ, ਅਤੇ ਸਤਿਗੁਰ ਨੇ ਬਣਾ ਕੇ ਦਿਖਾਇਆ, ਔਰ ਉਦੋਂ ਹੀ ਸਿਧਾਂਤ ਕਾਇਮ ਰੱਖ ਲੈਣੇ, ਬਹੁਤ ਵੱਡੀ ਗੱਲ ਆ। ਅੱਜ ਦੇ ਸਮੇਂ 'ਚ ਗੱਲ ਸਮਝਣ ਦੀ ਲੋੜ ਆ, ਤੁਹਾਡੇ ਨਾਲ ਦੁਨੀਆਂ ਕਿੱਦਾਂ ਵਰਦੀ ਆ, ਹਾਂਜੀ, ਤੁਸੀਂ ਗਿਣਤੀ 'ਚ ਵੀ ਘੱਟ ਆ ਜੀ, ਤੁਸੀਂ ਮਨੋਰਟੀ 'ਚ ਆ, ਤੁਹਾਡੇ ਕੋਲ ਹਥਿਆਰ ਵੀ ਘੱਟ ਆ ਜੀ, ਔਰ ਉਦੋਂ ਤੁਸੀਂ ਆਪਣੇ ਉੱਚੇ ਸੁੱਚੇ ਆਦਰਸ਼ ਨੂੰ ਕਾਇਮ ਰੱਖ ਕੇ ਹੀ ਜਿੱਤ ਰੱਖ ਸਕਦੇ ਹੋ ਦੁਨੀਆਂ ਦੇ। ਮਨ ਜਿੱਤਣੇ ਪੈਂਦੇ ਪਹਿਲਾਂ, ਦਿਲ ਜਿੱਤਣੇ ਪੈਂਦੇ, ਧਰਤੀ 'ਤੇ ਜਿੱਤ ਬਾਅਦ 'ਚ ਆਉਂਦੀ ਆ ਜੀ। ਅਤੇ ਸਤਿਗੁਰ ਨੇ ਲੋਕਾਂ ਦੇ ਹਮਲਾਵਰਾਂ ਦੇ ਵੀ ਮਨ ਜਿੱਤਣ ਦੀ ਗੱਲ ਕੀਤੀ, ਜਿਹਦੀ ਹੁਣ ਜਿਹਨੂੰ ਛੱਡ ਕੇ ਜਰਨੈਲ ਭੱਜ ਗਿਆ ਜਾਨਾਂ ਬਚਾਉਣ ਲਈ, ਜ਼ਖਮੀ ਡਿੱਗਾ ਪਿਆ ਇੱਕ ਜਰਨੈਲ, ਜ਼ਖਮੀ ਡਿੱਗਾ ਪਿਆ ਇੱਕ ਫੌਜੀ, ਉਹਨਾਂ ਨੇ ਲੜਨ ਆਇਆ, ਅਲੀ ਦੇ ਨਾਅਰੇ ਮਾਰ ਰਿਹਾ ਸੀਗਾ, ਅਨੰਦਪੁਰ ਨੂੰ ਨਿਸ਼ਚ ਤੋਂ ਨਬੂਦ ਕਰ ਦੇਣਾ ਚਾਹੁੰਦਾ ਸੀ, ਅਨੰਦਪੁਰ ਨੂੰ ਬਰਬਾਦ ਕਰ ਦੇਣਾ ਚਾਹੁੰਦਾ ਸੀ, ਉਹਦੇ ਮਨ 'ਚ ਗੱਲ ਭਰ ਦਿੱਤੀ ਗਈ ਸੀ ਕਿ ਅਨੰਦਪੁਰ ਨੂੰ ਤੂੰ ਲੁੱਟਣਾ ਵੀ ਆ, ਅਤੇ ਸਿੱਖਾਂ ਨੂੰ ਕੁੱਟਣਾ ਵੀ ਆ, ਅਤੇ ਗੁਰੂ ਗ੍ਰੰਥ ਦੀਆਂ ਮੁਸ਼ਕਾਂ ਵੀ ਤੂੰ ਬੰਨ ਕੇ ਲਿਆਉਣੀਆਂ, ਉਹ ਆਪਣੀ ਜਾਨ ਤਲੀ ਦੇ ਟਿਕਾ ਕੇ ਆਇਆ ਸੀ, ਜਹਾਦ ਦਾ ਨਾਰਾ ਲਾ ਕੇ ਆਇਆ ਸੀ, ਪਰ ਹੁਣ ਮਾਰਿਆ ਤੇ ਉਹਨੂੰ, ਪਰ ਜਦੋਂ ਜ਼ਖਮੀ ਹੋ ਗਿਆ ਉਹਦੇ ਜਰਨੈਲ ਤੇ ਸੂਬੇਦਾਰ ਛੱਡ ਕੇ ਪਿੱਛੇ ਭੱਜ ਗਿਆ, ਮਰਨ ਦਿਓ ਬਾਨੇ ਬਗਾਨਾ ਪੁੱਤ ਮਰਦਾ ਤੇ ਜੀ ਜੀ, ਕੀ ਲੈਣਾ ਦੇਣਾ ਇਹ ਤੋਂ, ਉਹ ਮਰ ਰਿਹਾ, ਉਹ ਕਰਾ ਰਿਹਾ ਆ, ਉਹ ਮਦਦ ਮੰਗ ਰਿਹਾ, ਉਹ ਪਾਣੀ ਮੰਗ ਰਿਹਾ, ਉਹਨੂੰ ਪਾਣੀ ਨਹੀਂ ਦਿੱਤਾ ਜਾ ਰਿਹਾ, ਉਹਦੀ ਮਲਮ ਪੱਟੀ, ਹੁਣ ਮਲਮ ਪੱਟੀ ਨਹੀਂ ਕੀਤੀ ਜਾ ਰਹੀ, ਜਰਨੈਲ ਪਿੱਛੇ ਜਾ ਕੇ ਬੈਠੇ ਆ, ਸੂਬੇਦਾਰ ਪਿੱਛੇ ਜਾ ਕੇ ਬੈਠੇ ਆ, ਉੱਥੇ ਬੈਠ ਕੇ ਬਿਰਿਆਨੀਆਂ ਖਾ ਰਿਹਾ ਆ, ਉਹਨੂੰ ਉਹ ਭੁੱਖਾ ਮਰ ਰਿਹਾ, ਉੱਥੇ ਖੂਨ ਦੇ ਸਰੂਰ 'ਚੋਂ ਨਿਕਲਿਆ, ਅਤੇ ਜਿਹੜਾ ਉਸ ਸਮੇਂ ਉਹਦੀ ਸੰਭਾਲ ਕਰੂ ਉਹਦਾ ਹੋਏਗਾ ਕਿ ਉਸ ਸੂਬੇਦਾਰ ਦਾ ਹੋਏਗਾ ਜੀ ਜੀ, ਬਿਲਕੁਲ ਬਿਲਕੁਲ, ਜਿਹਦੇ ਸੰਭਾਲ ਕੀਤੀ, ਤੁਸੀਂ ਲੋਕਾਂ ਦੇ ਦਿਲ ਜਿੱਤਣੇ ਨੇ, ਤੁਹਾਨੂੰ ਲੋਕਾਂ ਦੇ ਵਿੱਚ ਵਿਚਰਨਾ ਪਵੇਗਾ, ਤੁਸੀਂ ਲੋਕਾਂ ਦੇ ਜਿਲ ਜਿੱਤਣੇ ਨੇ, ਲੋਕਾਂ ਦਾ ਦੁੱਖ ਸੁੱਖ ਸਮਝਣਾ ਪਊਗਾ, ਤੁਸੀਂ ਲੋਕਾਂ ਦੇ ਵਿੱਚ ਵਿਚਰਨਾ ਹੈ, ਉਹਨਾਂ ਦੇ ਜ਼ਖਮਾਂ 'ਤੇ ਮਲਮ ਵੀ ਲਾਉਣੀ ਪਵੇਗੀ, ਪਿਆਸਿਆਂ ਨੂੰ ਪਾਣੀ ਵੀ ਪਾਉਣਾ ਪਵੇਗਾ, ਭੁੱਖਿਆਂ ਨੂੰ ਅੰਨ ਵੀ ਦੇਣਾ ਪਵੇਗਾ, ਅਤੇ ਸਤਿਗੁਰ ਨੇ ਸੁੱਖ ਦੇ ਵੇਲੇ ਵੀ, ਆਮ ਹਾਲਾਤ ਦੇ ਵੇਲੇ ਵੀ ਸਭ ਕੁਝ ਕੀਤਾ, ਦੁੱਖ ਦੇ ਵੇਲੇ ਵੀ ਕੀਤਾ, ਜਦੋਂ ਆਮ ਹਾਲਾਤ ਸੀ ਉਦੋਂ ਸਤਿਗੁਰ ਨੇ ਲੰਗਰ ਵੀ ਲਾਏ ਜੀ ਜੀ, ਆਮ ਭੁੱਖਾ ਕੋਈ ਭੁੱਖਾ ਨਾ ਰਹਿ ਜਾਏ, ਜਿੱਥੇ ਗੁਰਦੁਆਰਾ ਬਣ ਜਾਏ ਉਹਦਾ ਆਲੇ ਦੁਆਲੇ ਕਦੇ ਭੁੱਖਾ ਰਹਿ ਸਕਦਾ, ਇਹ ਸਤਿਗੁਰੂ ਦਾ ਸਿਧਾਂਤ ਆ, ਜਿੱਥੇ ਗੁਰਦੁਆਰਾ ਬਣ ਜਾਏ ਉਹਦੇ ਆਲੇ ਦੁਆਲੇ ਕੋਈ ਸਿਰ ਦੀ ਛੱਤ ਤੋਂ ਬਿਨਾਂ ਰਹਿ ਸਕਦਾ, ਤੁਹਾਡੇ ਲਈ ਰਹਿਣ ਬਸੇਰਾ ਵੀ ਗੁਰਦੁਆਰਾ ਬਣ ਗਿਆ, ਤੁਹਾਡੇ ਦੇ ਪੇਟ ਪੂਰਤੀ ਲਈ ਵੀ ਗੁਰਦੁਆਰਾ ਬਣ ਗਿਆ, ਇਹ ਸਤਿਗੁਰੂ ਨੇ ਦਿੱਤਾ ਹੋਇਆ ਸਿਧਾਂਤ ਸੀ, ਮਨ 'ਚ ਹਮੇਸ਼ਾ ਖਿਆਲ ਆਉਂਦਾ ਹੋਵੇ ਕਿ ਅੱਜ ਦੇ ਸਮੇਂ 'ਚ ਕਈ ਥਾਵਾਂ ਗੱਲਾਂ ਪੂਰਤੀਆਂ ਨਹੀਂ ਕੀਤੀਆਂ ਜਾਂਦੀਆਂ, ਅੱਜ ਦੇ ਸਮੇਂ 'ਚ ਸ਼ਾਇਦ ਤੁਹਾਡੀਆਂ ਲੋੜਾਂ ਵੀ ਨਹੀਂ ਰਹਿ ਗਈਆਂ, ਹੁਣ ਸਰਕਾਰਾਂ ਵੈਲਫੇਅਰ ਵਾਲੀਆਂ ਆ ਗਈਆਂ, ਪਰ ਅੱਜ ਦੇ ਸਮੇਂ 'ਚ ਵੈਲਫੇਅਰ ਦੀਆਂ ਸਰਕਾਰਾਂ ਦੇ ਹੁੰਦਿਆਂ ਵੀ ਲੋਕ ਘਰਾਂ ਤੋਂ ਬਿਨਾਂ ਬੇਘਰ ਹੈਗੇ ਆ, ਇੰਗਲੈਂਡ ਵਰਗੇ ਵਿਕਸਿਤ ਦੇਸ਼ਾਂ 'ਚ ਵੀ ਹੈਗੇ ਆ, ਸ਼ਹਿਰਾਂ ਦੀਆਂ ਨੁੱਕਰਾਂ 'ਚ ਸੌਂਦੇ ਆ, 1-1, 2-2 ਕੰਬਲਾਂ ਦੇ ਵਿੱਚ ਸੌਂਦੇ ਆ, ਉਹਨਾਂ ਕੋਲ ਗਰਮ ਭੋਜਨ ਖਾਣ ਜੋਗਾ ਨਹੀਂ, ਉਹ ਸਿੰਘ ਇੱਥੇ ਬੈਠੀ ਉਹਨਾਂ ਦੀ ਸੇਵਾ ਕਰਦੇ ਆ, ਆ ਮਿਲਣ ਲੰਗਰ ਸਾਡੀ ਹੋਰ ਕੀ ਆ ਜੀ, ਬਿਲਕੁਲ ਇਹੀ ਕੁਛ ਕਰਦੀ ਨਾ, ਜਿਹੜੇ ਖਾਣ ਵਾਸਤੇ ਉਹਨਾਂ ਨੂੰ ਇੱਕ ਤਰ੍ਹਾਂ ਦਾ ਸ਼ੈਲਟਰ ਦੇਣ ਵਾਲੀ ਗੱਲ ਕਰਦੀ, ਸੋ ਇਹ ਜਿਹੜੀਆਂ ਸਾਰੀਆਂ ਗੱਲਾਂ ਹੈਗੀਆਂ ਆ, ਸਤਿਗੁਰੂ ਨੇ ਪਿਰਤਾਂ ਪਾਈਆਂ, ਦੁੱਖ 'ਚ ਵੀ ਪਾਈਆਂ, ਸੁੱਖ 'ਚ ਵੀ ਪਾਈਆਂ, ਉਹ ਪਿਰਤਾਂ ਕਾਇਮ ਰੱਖੀਆਂ, ਉਹਦੇ ਨਾਲ ਲੋਕ ਸਿੱਖੀ ਦੇ ਮਿੱਤਰ ਬਣੇ, ਬਿਲਕੁਲ ਬਿਲਕੁਲ, ਸਵੈਟ ਵਰਗੀ ਸੰਸਥਾ ਵੀ ਇਹ ਕੁਛ ਕਰਦੀ ਆ,
ਮਿਡਲੈਂਡ ਲੰਗਰ ਸੁਸਾਇਟੀ ਸਵੈਟ ਇਹ ਸਾਰੀਆਂ ਸੰਸਥਾਵਾਂ ਜਿਹੜੀਆਂ ਆ ਸਿੱਖਾਂ ਦੀ ਉਸ ਗੁਰੂ ਸਾਹਿਬ ਦੇ ਜਿਹੜੇ ਪਾਏ ਹੋਏ ਪੂਰ ਨੇ ਉਹਨਾਂ 'ਤੇ ਚੱਲ ਕੇ ਕਰ ਰਹੀਆਂ ਕੰਮ ਲੋੜਵੰਦਾਂ ਦੀ ਮਦਦ ਕਰਨ ਵਾਲੀ ਗੱਲ ਅਤੇ ਜੇ ਕਦੀ ਅਸੀਂ ਇਸ ਗੱਲ ਦੇ ਉੱਤੇ ਤੁਰ ਪਾਂਗੇ ਸਤਿਗੁਰੂ ਦੱਸੇ ਆਦਰਸ਼ ਦੇ ਉੱਤੇ ਤੁਰ ਪਾਂਗੇ ਤਾਂ ਫਿਰ ਕਿਹੜੀ ਦੁਨੀਆ ਦਾ ਕਿਹੜਾ ਸ਼ਖਸ ਹੈ ਜਿਹੜਾ ਨਹੀਂ ਕਹੇਗਾ ਕਿ ਇਹਨਾਂ ਦਾ ਰਾਜ ਆਉਣਾ ਚਾਹੀਦਾ। ਖਾਲਸਾ ਰਾਜ ਕਿਵੇਂ ਬਣਿਆ? ਜਦੋਂ ਕਿ ਅਸੀਂ ਪਰਉਪਕਾਰ ਦੀ ਭਾਵਨਾ ਨਾਲ ਤੁਰਾਂਗੇ, ਲੋੜਵੰਦਾਂ ਦੀ ਬਾਂਹ ਫੜਾਂਗੇ ਤੇ ਹਰ ਲੋੜਵੰਦ ਦੁਨੀਆ ਦਾ ਕਹੇਗਾ ਤੁਹਾਡੇ ਨਾਲ ਆਵੇਗਾ, ਉਹ ਤੁਹਾਡੇ ਨਾਲ ਖੜਾ ਹੋਵੇਗਾ। ਸੋ ਰਾਜ ਪੈਦਾ ਕਰਨ ਦੇ ਲਈ ਇਕੱਲੇ ਮੈਦਾਨੇ ਜੰਗ ਹੀ ਨਹੀਂ ਚਾਹੀਦੇ ਹੁੰਦੇ, ਮੈਦਾਨੇ ਜੰਗ ਦੇ ਆਦਰਸ਼ ਵੀ ਚਾਹੀਦੇ। ਬਿਲਕੁਲ ਬਿਲਕੁਲ, ਉਹਦੇ ਵਿੱਚ ਪਰਉਪਕਾਰ ਦੀ ਭਾਵਨਾ ਵੀ ਚਾਹੀਦੀ ਹੁੰਦੀ ਆ। ਅਸੂਲ ਜਿਹੜੇ ਨੇ ਸਤਿਗੁਰੂ ਨੇ ਕਿਹਾ ਸੀ ਕਿ ਜਦੋਂ ਦੁੱਖ ਵੇਲੇ ਵੀ ਤੁਹਾਡੀ ਜਿਹੜੀ ਸੋਚ ਹੈ ਤੁਹਾਡਾ ਸਿਧਾਂਤ ਹੈ ਉਹ ਕਾਇਮ ਰਹਿਣਾ ਚਾਹੀਦਾ। ਪ੍ਰੋਗਰਾਮ ਕਰਦੇ ਅਗਰ ਸਾਡੀ ਕੋਈ ਗਲਤੀ ਹੋਵੇ ਦੋਵੇਂ ਹੱਥ ਜੋੜ ਕੇ ਅਸੀਂ ਤੁਹਾਡੇ ਕੋਲੋਂ ਮਾਫ਼ੀ ਮੰਗਦੇ। ਜਿੱਥੇ ਅਸੀਂ ਪ੍ਰੋਗਰਾਮ ਦੀ ਸਮਾਪਤੀ ਕੀਤੀ ਕੋਸ਼ਿਸ਼ ਕਰੋਗੇ ਉੱਥੋਂ ਹੀ ਸ਼ੁਰੂਆਤ ਕਰੀਏ, ਇੱਥੇ ਹੀ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇ ਸਿਵਾ ਪਰ ਮੋਹੇ ਹੈ ਸ਼ੁਭ ਕਰਮਨ ਤੇ ਕਭੋ ਨਾ ਡਰੂ, ਨਾ ਡਰੂ ਔਰ ਸੋ ਜਬ ਜਾਏ ਲੜੂ, ਨਿਸ਼ਚੇ ਕਰ ਆਪਣੀ ਜੀਤ ਕਰੂੰ।